ਏਡੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਏਡੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਹਰ ਮਾੜੀ ਥਾਂ ਤੋਂ ਮਾਵਾਂ ਯਾਰੋ ਰੋਕਦੀਆਂ, ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ। ਮੁਫਤ ਚ ਏਡੀਆਂ ਨੇਕ ਸਲਾਵਾਂ ਲੱਭਦੀਆਂ ਨਹੀਂ, ਟੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਟੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮਾਂ ਦੇ ਵਾਂਗੂ ਕਿੰਨੇ ਦਰਦ ਵੰਡਾਉਣਾ ਏ, ਐਵੇਂ ਬੂਆ ਖੜਕਿਆ ਕਿੰਨੇ ਆਉਣਾ ਏ। ਅੱਗੇ ਮਾਂ ਬੂਆ ਖੋਲਦੀ ਖਿਦਮਤ ਕੀਤੇ ਜਿੰਨਾ, ਖਿਦਮਤ ਕੀਤੇ ਜਿੰਨਾ ਜੰਨਤਾਂ ਪਾਰ, ਮਾਂ ਬਾਪ ਜੰਨਤ ਪਾਉਂਦੇ ਮੇਰੇ ਪਾਪ ਨਬੀ ਫਰਮਾ ਗਏ, ਮਾਂ ਬਾਪ ਤੇਰੀ ਜੰਨਤ ਮਾਂ ਬਾਪ ਨੇ ਜੰਨਤ ਦੋਵੇ
پاک نبی فرما گئے خدمت کیتی جنہ خدمت کیتی جنہ جنت پا گئے ماما جنت دو میرے پاک نبی فرما گئے مائک پا بہشت دا بوٹا ٹھنڈی جس دی چھا بہشت دا بوٹا ٹھنڈی جس دی چھا تین
ਤੈਨੂੰ ਮਾਂ ਬਾਪ ਦੀ ਨਿਮਤ ਨਹੀਂ ਮਿਲੇਗੀ। ਇਹ ਨਿਮਤ ਇੱਕ ਮਰਤਬਾ ਮਿਲੇਗੀ ਨਸੀਬਾਂ ਵਾਲੇ ਕਿਸਮਤਾਂ ਵਾਲੇ ਜਿਹੜੇ ਇਸ ਨਿਮਤ ਦੀ ਕਦਰ ਕਰਦੇ ਨੇ ਔਰ ਇਸ ਨਿਮਤ ਤੋਂ ਫਾਇਦਾ ਉਠਾਉਂਦੇ ਨੇ ਔਰ ਇੰਤਹਾਈ ਬਦਨਸੀਬ ਇੰਤਹਾਈ ਬਦਕਿਸਮਤ ਉਹ ਲੋਕ ਜਿਹੜੇ ਇਸ ਨਿਮਤ ਤੋਂ ਫਾਇਦਾ ਨਹੀਂ ਉਠਾਉਂਦੇ ਔਰ ਜਦੋਂ ਇਹ ਨਿਮਤ ਅੱਲਾ ਆਪਣੇ ਕੋਲ ਵਾਪਸ ਬੁਲਾ ਲੈਂਦਾ ਹੈ ਹਜ਼ਰਤ ਦੀ ਵਕਾਰ ਫਿਰ ਕਰੋੜਾਂ ਰੁਪਇਆ ਲਾ ਕੇ ਜੇਬ ਵਿੱਚ ਪਾ ਕੇ ਨਿਕਲ ਜਾ ਤੈਨੂੰ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚੋਂ ਵੀ ਮਾਂ ਬਾਪ ਦੀ ਨਾ ਮੁਹੱਬਤ ਮਿਲੇਗੀ ਨਾ ਮਾਂ ਬਾਪ ਦਾ ਪਿਆਰ ਮਿਲੇਗਾ। ਇਸ ਵਾਸਤੇ ਮਾਂ ਬਾਪ ਜਿੰਦਾ ਨੇ ਤੇ ਉਹਨਾਂ ਦੀ ਕਦਰ ਕਰੋ ਉਹਨਾਂ ਦੀ ਫਰਮਾ ਬਰਦਾਰੀ ਕਰੋ ਉਸਨੇ ਸਲੂਕ ਨਾਲ ਪੇਸ਼ ਆਓ। ਅਗਰ ਮਾਂ ਬਾਪ ਦੁਨੀਆਂ ਤੋਂ ਚਲੇ ਗਏ ਨੇ ਕਮ ਅਜ਼ ਕਮ ਉਹਨਾਂ ਵਾਸਤੇ ਪੰਜ ਵਕਤ ਦੀ ਨਮਾਜ਼ ਪੜ੍ਹ ਕੇ ਦੁਆ ਕਰਨਾ ਤੇਰਾ ਹੱਕ ਬਣਦਾ। ਹਜ਼ਰਤ ਜ਼ੀਵਕਾਰ ਜਰਾ ਗੌਰ ਕਰਕੇ ਜਾਣਾ ਮਾਂ ਬਾਪ ਦੀ ਕਦਰ ਕਰਨਾ ਇਹ ਮੇਰੇ ਤੇਰੇ ਦੀਨ ਦਾ ਹਿੱਸਾ ਇਹ ਕੋਈ ਦੁਨਿਆਵੀ ਗੱਲ ਨਹੀਂ ਬਲਕਿ ਮਾਂ ਬਾਪ ਦੀ ਇੱਜ਼ਤ ਕਰਨਾ ਮਾਂ ਬਾਪ ਦਾ ਇਤਰਾਮ ਕਰਨਾ ਮਾਂ ਬਾਪ ਨਾਲ ਹੁਸਨੇ ਸਲੂਕ ਨਾਲ ਪੇਸ਼ ਆਉਣਾ ਇਹ ਦੀਨ ਹੈ ਇਹ ਦੀਨ ਇਸਲਾਮ ਦਾ ਹਿੱਸਾ ਹੈ। ਔਰ ਹਜ਼ਰਤ ਜ਼ੀਵਕਾਰ ਮਾਂ ਬਾਪ ਦੀ ਖਿਦਮਤ ਕਰਨਾ ਇਹ ਕਿੰਨਾ ਅਹਿਮ ਮਸਲਾ ਹੈ। ਰੱਬੇ ਸੁਲ ਜਲਾਲ ਨੇ ਆਪਣੇ ਕੁਰਾਨ ਅੰਦਰ ਇਸ ਬਾਤ ਦਾ ਐਲਾਨ ਕਰ ਦਿੱਤਾ। ਅੱਲਾ ਸੁਲ ਜਲਾਲ ਬੋਲੇ ਅੱਲਾ ਨੇ ਆਪਣਾ ਕੁਰਾਨ ਬਣਾਇਆ ਤੇ ਪਹਿਲੇ ਅੱਲਾ ਨੇ ਆਪਣੀ ਜ਼ਾਤ ਦਾ ਤਜ਼ਕਰਾ ਕੀਤਾ ਆਪਣੀ ਤੌਹੀਦ ਦਾ ਤਜ਼ਕਰਾ ਕੀਤਾ ਉਸ ਤੋਂ ਬਾਅਦ ਅੱਲਾ ਨੇ ਵਾਲਦੈਨ ਦਾ ਤਜ਼ਕਰਾ ਕੀਤਾ ਆਮਿਨਾ ਦੇ ਲਾਲ ਨੇ ਆਪਣੀ ਨਬੂਵਤ ਵਾਲੀ ਜ਼ੁਬਾਨ ਖੋਲੀ ਹੈ ਤੇ ਮੇਰੇ ਮੁਸਤਫਾ ਨੇ ਪਹਿਲੇ ਅੱਲਾ ਦੀ ਇਬਾਦਤ ਦਾ ਤਜ਼ਕਰਾ ਕੀਤਾ ਫਿਰ ਮਾਂ ਬਾਪ ਦੀ ਖਿਦਮਤ ਦਾ ਤਜ਼ਕਰਾ ਕੀਤਾ। ਪਤਾ ਲੱਗਦਾ ਮਾਂ ਬਾਪ ਦੇ ਅਜ਼ੀਮ ਨੇਮਤ ਨੇ ਔਰ ਮਾਂ ਬਾਪ ਦੀ ਖਿਦਮਤ ਕਰਨਾ ਇਹ ਦੀਨ ਦਾ ਹਿੱਸਾ ਹੈ ਔਰ ਦੁਨੀਆ ਆਖਰਤ ਦੀ ਕਾਮਯਾਬੀ ਦਾ ਇੱਕ ਜ਼ਰੀਆ ਤੇ ਸਬਬ ਹੈ। ਆਈਏ ਜ਼ਰਾ ਗੌਰ ਕਰਦੇ ਜਾਣਾ ਅੱਲਾਹ ਦਾ ਕੁਰਾਨ ਇਸ ਬਾਤ ਦਾ ਐਲਾਨ ਫਰਮਾ ਰਿਹਾ ਅੱਲਾਹ ਜਲਾਲ ਫਰਮਾਉਂਦੇ ਨੇ ਇਹ ਮੇਰੇ ਰੱਬੋ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੋਨੇ ਆਪਣੀ ਜ਼ੁਬਾਨੋਂ ਨਬੂਵਤ ਦਾ ਐਲਾਨ ਫਰਮਾਉਂਦੇ ਹੋ ਅੱਲਾਹ ਜੀ ਕਿਸ ਬਾਤ ਦਾ ਐਲਾਨ ਕਰਨਾ ਹੈ ਅੱਲਾਹ ਜੋ ਜਲਾਲ ਫਰਮਾਉਂਦੇ ਨੇ ਬਿਸਮਿਲਲਾਹਿਰਰਹਿਮਾਨਿਰਰਹੀਮ ਫਰਮਾਇਆ ਵਾਕਾ ਸ਼ਰੀਕ ਨਹੀਂ ਬਣਾਉਣਾ ਇਬਾਦਤ ਕਰਨੀ ਹੈ ਤੇ ਇੱਕ ਅਰਸ਼ਾਂ ਵਾਲੇ ਰੱਬ ਦੀ ਕਰਨੀ ਹੈ ਤੇ ਦੂਸਰਾ ਮਸਲਾ ਵਾਲਦੈਨ ਨਾਲ ਇਹਸਾਨ ਕਰਨਾ ਹੈ ਵਾਲਦੈਨ ਨਾਲ ਨੇਕੀ ਕਰਨੀ ਹੈ। ਅੱਲਾਹ ਜਲਾਲ ਨੇ ਪਹਿਲੇ ਆਪਣੀ ਬਾਦਨੀਅਤ ਦਾ ਤਜ਼ਕਰਾ ਕੀਤਾ ਹੈ ਅੱਲਾਹ ਨੇ ਉਸ ਤੋਂ ਬਾਅਦ ਮਾਂ ਬਾਪ ਦੀ ਖਿਦਮਤ ਦਾ ਤਜ਼ਕਰਾ ਫਰਮਾ ਦਿੱਤਾ ਹੈ। ਪਤਾ ਲੱਗਦਾ ਹੈ ਜਿਵੇਂ ਅੱਲਾਹ ਦੀ ਇਬਾਦਤ ਜ਼ਰੂਰੀ ਹੈ ਇਵੇਂ ਮਾਂ ਬਾਪ ਦੀ ਖਿਦਮਤ ਵੀ ਜ਼ਰੂਰੀ ਹੈ ਔਰ ਜਿਵੇਂ ਅੱਲਾਹ ਦੀ ਇਬਾਦਤ ਦੇ ਅੰਦਰ ਕਮੀ ਕੁਤਾਈ ਕਰਨ ਵਾਲਾ ਬੰਦਾ ਮਕਾਮ ਤੇ ਬਦਨਸੀਬ ਇਸੇ ਤਰ੍ਹਾਂ ਮਾਂ ਬਾਪ ਦੀ ਖਿਦਮਤ ਦੇ ਅੰਦਰ ਕਮੀ ਕੁਤਾਈ ਕਰਨ ਵਾਲਾ ਬੰਦਾ ਵੀ ਬਦਨਸੀਬ ਤੇ ਬਦਕਿਸਮਤ ਹੈ। ਇਹ ਮੈਂ ਨਹੀਂ ਕਹਿ ਰਿਹਾ ਆਓ ਨਾ ਇਹ ਮੈਂ ਹਦੀਸ ਤੁਹਾਡੇ ਸਾਹਮਣੇ ਪੇਸ਼ ਕਰਦਾ ਜਾਣਾ ਜੱਗਾ ਦੇ ਵੀਰ ਤੇ ਰੱਬ ਦੇ ਹਬੀਬ ਅਲੀ ਸਲਾਤੋ ਅਸਲਾਮ ਨੇ ਕੋਲੇ ਪਰਵਾਨਾ ਆਇਆ ਬੜਾ ਪਿਆਰਾ ਲੱਗਦਾ ਹੈ ਦਲਾਲ ਫਰਮਾਉਂਦੇ ਨੇ ਇਹ ਨਮਾਜ਼ ਨੂੰ ਉਹਦੇ ਵਕਤ ਦੇ ਮੁਤਾਬਕ ਪੜ੍ਹਨਾ ਅਸਲਾਤੋ ਅਲਾ ਵਕਤਿਹਾ ਨਮਾਜ਼ ਪੜ੍ਹਨੀ ਵੀ ਜ਼ਰੂਰ ਹੈ ਤੇ ਪੜ੍ਹਨੀ ਮਗਰ ਤੈਨੂੰ ਕਰਵਾ ਦੇਵੇ। ਹਜ਼ਰਤ ਦੀ ਵਕਾਰ ਅੱਲਾਹ ਤੋਂ ਜਲਾਲ ਤੇ ਪਾਕ ਪੈਗੰਬਰ ਫਰਮਾਉਂਦੇ ਨੇ ਅੱਲਾਹ ਨੂੰ ਇਹ ਅਮਲ ਬੜਾ ਪਿਆਰਾ ਲੱਗਦਾ ਹੈ ਜਿਹੜਾ ਬੰਦਾ ਵਕਤ ਦੇ ਆ ਕੇ
حضرات زی وقار قرآن کہہ رہے ہیں ان الصلاۃ کان علی المؤمنین. اللہ ذو الجلال والاکرام نے نماز مومن دے اوپر پتے مقرر تے فرض کر دتی ہے. اللہ ذو الجلال والاکرام نے وقت مقرر کر دیتا ہے جڑا اس وقت مقرر تے نماز پڑھے گا. اللہ ذو الجلال دے ہاں وہ بندہ سب تو زیادہ محبوب بندہ ہے. تے اس اپنی گل لگا سونیا نماز نو وقت دے مطابق پڑھن تو بعد دوسرا عمل کیڑا ہے جڑا اللہ نو بڑا پیارا لگدا ہے. میرے آقا فرماندے نے پیش ہونا اللہ نو بڑا عمل پیارا لگتا ہے. یہ دو عمل جڑے نے اللہ نو بڑے محبوب ترین عمل لگتے ہیں. اس واسطے نماز نو وقت دے مطابق پڑھنا یہ بھی اللہ دا پیارا عمل ہے. ماں باپ کی خدمت کرنا یہ بھی اللہ دا پسندیدہ عمل ہے. ایک ہور حدیث تیرے سامنے پیش کرتا جا میرے آقا منبر دے چڑھے نے میرے آقا نے پہلی سیڑھی تے پیر رکھیا تے آمین کیا دوسری سیڑھی تے پیر رکھیا تے آمین کہہ دیتا تیسری سیڑھی تے پیر رکھیا تے آمین کہہ دیتا. سیاپا کرتے ہیں سونے دے خلاف معمول کام کیتا دے آمین آمین ہی کہی جا رہے ہو گل کی ہے. میرے آقا فرماندے نے میرے صحابہ جب میں منبر دی پہلی سیڑھی تے پیر رکھیا جبریل میرے کول آیا تے جبریل کہندا ہے سونے بابا جڑا بندہ زندگی دے اندر تہاڈا نام سنتا ہے پھر تہاڈی ساتھ تے درود نہیں پڑھتا اس بندے تے اللہ دی وی لعنت ہے فرشتیاں دی وی لعنت ہے تے تہاڈی وی لعنت ہے. میرے سیابا میں آمین کہہ دیتا جڑا میرا نام سن کے درود نہیں پڑھتا اودے تے لعنت ہی ہونی چاہیے. پھر میں دوسری سیڑھی تے پیر رکھیا جبریل آتے نے سونیا جڑا بندہ اپنی زندگی دے اندر اپنے ماں باپ نو پاؤندا ہے ماں نو پاؤندا یا باپ نو یا دوواں نو اپنی زندگی چ پا لیندا ہے پھر انہاں دی خدمت نہیں کرتا انہاں نال اس نے سلوک نال پیش نہیں آؤں انہاں دی خدمت نہیں کرتا اودے تے اللہ دی وی لعنت تے فرشتیاں دی وی لعنت. میرے آقا فرماندے آمین میں وی اس بندے تے لعنت کرنا وا جڑا بندہ بڈھے ماں باپ دی خدمت نہیں کرتا بڈھے ماں باپ اس نے سلوک نال پیش نہیں آؤں گا. آزاد دی وقار ماں باپ دی خدمت کرنا اللہ دے ہاں کنا پیارا عمل ہے. میرے آقا دے کول ایک بندہ آیا کہہ لگا سونیا میرے ماں باپ دے متعلق کوئی نصیحت کر دیو. میرے آقا فرماندے نے ہما جنت گا وہما نار گا تیرے ماں باپ تیرے واسطے جنت وی نے تیرے واسطے دوزخ وی نے. سونے جنت دے دو لگے میں ہو سکتے ہیں. میرے آقا فرماتے ہیں کہ انہوں نے خدمت کرے گا تیرے ماں باپ تیرے واسطے جنت دے جان کا ذریعہ بن جائیں گے. جی انہوں نے خدمت نہیں کرے گا انہوں نے تنہا چھوڑ دے گا اکیلا چھوڑ دے گا دکھا پریشانیاں مصیبتاں دے اندر انہوں کا ساتھ چھڈ دے گا تیرے ماں باپ تیرے واسطے دو دس بن جائیں گے. اللہ دے سی وقار ماں باپ کی خدمت جنت وچ جان دا ذریعہ ہے تے ماں باپ کی خدمت نہ کرنا ماں باپ نال رشتہ ناطا توڑ لینا ہے دوزخ وچ جان دا ذریعہ تے سبب بن سکدا ہے. اللہ دے سی وقار ترا فوج کر دے جانا میں باپ کی خدمت باپ کی محبت پیش کرا باپ کی شفقت پیش کرا ماں دی بھی بڑی عظمت تے ماں دا بڑا مقام ہے لیکن اللہ نے جتھے بھی تذکرہ کیتا ہے ماں باپ دوواں دا کیتا ہے. قرآن اندر ایک مقام ایسا ہوندا ہے جتھے اللہ نے کلی ماں دا ذکر کیتا ہے ماں کمزور ہے ماں تیری توجہ دی زیادہ حقدار ہے. لیکن یہ دا مطلب یہ نہیں کہ باپ نو فراموش کر دیتا جائے باپ دی خدمت نہ کیتی جائے باپ نو محبت نہ کیتی جائے باپ نو حسن سلوک نال پیش نہ آیا جائے. حضرت سی وقار ماں دی شان زیادہ ہے عظمت زیادہ ہے لیکن یہ دا مطلب ہر کس یہ نہیں کہ باپ نو فراموش کر دیتا جائے جتھے بھی لکھائے یہ لکھے میری ماں دی دعا ہے باپ نو اپنے دعا
ਦੁਆਵਾਂ ਤੋਂ ਕੱਢਿਆ ਨਾ ਕਰ, ਓਏ ਪਾਪ ਵੀ ਤੇਰੇ ਵਾਸਤੇ ਦੁਆਵਾਂ ਕਰਨ ਵਾਲਾ ਹੈ। ਅਸਾਦੇ ਜੀਵਕਾਰ ਜਦੋਂ ਵੀ ਕਿਤੇ ਇਹਨੂੰ ਇਹ ਲਿਖਣ ਦਾ ਮੌਕਾ ਮਿਲੇ ਉੱਥੇ ਲਿਖਿਆ ਕਰ, ਇਹ ਮੇਰੇ ਮਾਂ ਬਾਪ ਕੀ ਦੁਆਓ ਕਾ ਸਿਲਾ ਹੈ, ਇਹ ਮੇਰੀ ਮਾਂ ਬਾਪ ਕੀ ਦੁਆ ਹੈ, ਕਿਉਂਕਿ ਬਾਪ ਵੀ ਦੁਆਵਾਂ ਕਰਦਾ ਹੈ, ਬਾਪ ਵੀ ਆਪਣੀ ਔਲਾਦ ਨੂੰ ਕਾਮਯਾਬ ਦੇਖਣਾ ਚਾਹੁੰਦਾ ਹੈ। ਮੈਂ ਐਸੇ ਹਜ਼ਾਰੋਂ ਬਾਪ ਦੇਖੇ ਨੇ ਜਿਹੜੇ ਆਪ ਮਜ਼ਦੂਰੀਆਂ ਕਰਦੇ ਨੇ, ਮੈਂ ਉਹਨਾਂ ਦੇ ਮੂੰਹ ਵਿੱਚੋਂ ਸੁਣਿਆ ਹੈ ਮੇਰੀ ਸਾਰੀ ਜ਼ਿੰਦਗੀ ਮਜ਼ਦੂਰੀ ਕਰਦਿਆਂ ਗੁਜ਼ਰ ਗਈ ਹੈ, ਲੇਕਿਨ ਮੈਂ ਚਾਹੁੰਦਾ ਮੇਰਾ ਬੇਟਾ ਮਜ਼ਦੂਰੀ ਨਾ ਕਰੇ, ਮੇਰਾ ਬੇਟਾ ਪੜ੍ਹ ਲਿਖ ਕੇ ਕੋਈ ਅਫਸਰ ਬਣ ਜਾਏ, ਕੋਈ ਮੁਲਾਜ਼ਮ ਬਣ ਜਾਏ, ਇੱਥੇ ਅੱਛੇ ਅਹੁਦੇ ਤੇ ਫੈਜ਼ਯਾਬ ਹੋ ਜਾਏ। ਬਾਪ ਓਵਰ ਟਾਈਮ ਲਗਾਉਂਦਾ, ਬਾਪ ਮਿਹਨਤਾਂ ਮਜ਼ਦੂਰੀਆਂ ਕਰਦਾ, ਬਾਪ ਦੇ ਹੱਥਾਂ ਤੇ ਛਾਲੇ ਪੈ ਜਾਂਦੇ, ਬਾਪ ਦੇ ਪੈਰਾਂ ਤੇ ਛਾਲੇ ਪੈ ਜਾਂਦੇ, ਬਾਪ ਓਵਰ ਟਾਈਮ ਲਗਾਉਂਦਾ ਹੈ ਤਾਂ ਕਿ ਮੈਂ ਆਪਣੇ ਬੇਟੇ ਦੀਆਂ ਫੀਸਾਂ ਪੂਰੀਆਂ ਕਰਾਂ, ਮੈਂ ਆਪਣੇ ਬੇਟੇ ਦੇ ਖਰਚੇ ਪੂਰੇ ਕਰਾਂ, ਤਾਂ ਕਿ ਮੇਰਾ ਬੇਟਾ ਮੇਰੇ ਨਾਲੋਂ ਵੀ ਜ਼ਿਆਦਾ ਕਾਮਯਾਬ ਹੋ ਜਾਏ। ਲੇਕਿਨ ਕੈਸੀ ਬਦਨਸੀਬੀ ਦੀ ਬਾਤ ਹੈ, ਇਹ ਬੇਟਾ ਜੋ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ, ਫਿਰ ਇਹ ਆਪਣੇ ਦਫ਼ਤਰ ਵਿੱਚ ਬੈਠਾ ਹੈ, ਬੁੱਢਾ ਬਾਪ ਪੁਰਾਣੇ ਤੇ ਕੱਪੜੇ ਪੁਰਾਣੇ ਕੱਪੜੇ ਪਾ ਕੇ ਇਹਦੇ ਦਫ਼ਤਰ ਚ ਆਉਂਦਾ ਹੈ, ਇਹ ਕੁਰਸੀ ਉੱਤੇ ਬੈਠਣ ਵਾਲਾ ਬੇਟਾ ਆਪਣੇ ਬਾਪ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੰਦਾ ਹੈ, ਇਹ ਆਪਣੇ ਮੁਲਾਜ਼ਮਾਂ ਨੂੰ ਕਹਿੰਦਾ ਹੈ ਮੇਰੇ ਘਰ ਦਾ ਮੁਲਾਜ਼ਮ ਹੈ, ਅੱਲਾਹ ਮੇਰੀ ਤੌਬਾ, ਅੱਲਾਹ ਮੇਰੀ ਤੌਬਾ। ਐਸੇ ਬੰਦੇ ਦੀ ਦੁਨੀਆ ਵੀ ਬਰਬਾਦ ਹੈ ਤੇ ਆਖਰਤ ਵੀ ਬਰਬਾਦ ਹੋਣੀ ਹੋਣੀ ਹੈ। ਅਜ਼ਾਦੇ ਜ਼ੀਵਕਾਰ, ਬਾਪ ਦੀ ਕੀ ਇੱਜ਼ਤ ਹੈ, ਬਾਪ ਦਾ ਕੀ ਮੁਕਾਮ ਹੈ। ਆਈਏ ਮੈਂ ਆਪਣੇ ਕੋਲੋਂ ਬਾਤ ਨਹੀਂ ਕਰਨੀ, ਮੈਂ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੀ ਹਦੀਸ ਤੇਰੇ ਸਾਹਮਣੇ ਪੇਸ਼ ਕਰਾਂ। ਆਮਿਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਇੱਕ ਨੌਜਵਾਨ ਬੰਦਾ ਆਇਆ ਤੇ ਮੇਰੇ ਆਕਾ ਨੂੰ ਆ ਕੇ ਕਹਿੰਦਾ, ਸੋਹਣਿਆ ਮਹਬੂਬਾ, ਮੈਂ ਤੁਹਾਡੇ ਕੋਲ ਆਪਣੇ ਬਾਪ ਦੀ ਇੱਕ ਸ਼ਿਕਾਇਤ ਲੈ ਕੇ ਆਇਆ। ਮੇਰੇ ਆਕਾ ਫਰਮਾਉਂਦੇ ਨੇ, ਦੱਸੋ ਪਰਵਾਨਿਆ ਕੀ ਸ਼ਿਕਾਇਤ ਲੈ ਕੇ ਆਇਆ। ਕਹਿੰਦਾ, ਸੋਹਣਿਆ, ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਪੈਸਾ ਕਮਾ ਕੇ ਲਿਆ ਕੇ ਆਪਣੇ ਘਰ ਅੰਦਰ ਰੱਖ ਦੇਣਾ ਵਾ, ਮੇਰਾ ਬਾਪ ਉੱਠਦਾ ਏ ਜਦੋਂ ਉਹਨੂੰ ਜ਼ਰੂਰਤ ਪੈਂਦੀ ਏ, ਮੇਰੇ ਪੈਸਿਆਂ ਵਿੱਚੋਂ ਪੈਸੇ ਕੱਢ ਕੇ ਲੈ ਜਾਂਦਾ ਏ, ਮੈਨੂੰ ਦੱਸਦਾ ਵੀ ਨਹੀਂ ਏ, ਪੁੱਛਦਾ ਵੀ ਨਹੀਂ ਏ, ਮੇਰੇ ਪੈਸੇ ਚੁੱਕ ਕੇ ਲੈ ਜਾਂਦਾ ਏ। ਮੇਰੇ ਆਕਾ ਫਰਮਾਉਂਦੇ, ਜਾ ਆਪਣੇ ਬਾਪ ਨੂੰ ਮੇਰੇ ਕੋਲ ਲੈ ਕੇ ਆ। ਇਹਦਾ ਬਾਪ ਮੇਰੇ ਆਕਾ ਦੇ ਸਾਹਮਣੇ ਆ ਕੇ ਬਹਿ ਜਾਂਦਾ ਏ। ਮੇਰੇ ਆਕਾ ਫਰਮਾਉਂਦੇ ਨੇ, ਓਏ ਹੋਏ ਪਾਪਾ, ਮੈਂ ਤੇਰਾ ਨੌਜਵਾਨ ਬੇਟਾ ਜਿਹੜੀਆਂ ਸ਼ਿਕਾਇਤਾਂ ਲੈ ਕੇ ਮੇਰੇ ਕੋਲ ਆਇਆ ਏ, ਤੇ ਇਸ ਬੁੱਢੇ ਬਾਪ ਨੇ ਨੀਵੀਆਂ ਪਾ ਲਈਆਂ, ਤੇ ਅੱਖਾਂ ਵਿੱਚੋਂ ਜ਼ਾਰ ਜ਼ਾਰ ਆਸੂਆਂ ਦੀਆਂ ਲੜੀਆਂ ਲੱਗ ਜਾਂਦੀਆਂ ਨੇ। ਮੇਰੇ ਆਕਾ ਫਰਮਾਉਂਦੇ ਨੇ, ਪਾਪਾ ਰੋਂਦਾ ਕਿਉਂ ਏ, ਐ ਤੇਰਾ ਬੇਟਾ ਤੇਰੀਆਂ ਸ਼ਿਕਾਇਤਾਂ ਲੈ ਕੇ ਆਇਆ ਏ, ਤੂੰ ਇਹਦੇ ਪੈਸੇ ਚੁੱਕ ਕੇ ਲੈ ਜਾਣਾ, ਤੇਰੇ ਦੇ ਕੋਈ ਚਾਰਦਾ ਵੀ ਨਹੀਂ ਲੈਂਦਾ। ਤੇ ਇਹ ਬੁੱਢਾ ਬਾਪ ਬੋਲ ਕੇ ਆਉਂਦਾ, ਸੋਹਣਿਆ, ਜਦੋਂ ਇਹ ਮੇਰਾ ਬੇਟਾ ਛੋਟਾ ਜਿਹਾ ਸੀ, ਬਚਪਨ ਦੇ ਅੰਦਰ ਸੀ, ਉਦੋਂ ਇਹ ਮੇਰਾ ਬੇਟਾ ਬਿਮਾਰ ਹੋ ਗਿਆ, ਸੋਹਣਿਆ, ਮੈਂ ਬੜਾ ਇਹਦਾ ਇਲਾਜ ਮੁਆਲ ਜਾ ਕਰਾਇਆ, ਮੇਰੀਆਂ ਜ਼ਮੀਨਾਂ ਮੇਰੇ ਪਲਾਟ ਵਿਕ ਜਾਂਦੇ ਨੇ, ਮੈਂ ਡਾਕਟਰਾਂ ਦੇ ਸਾਹਮਣੇ ਹੱਥ ਬੰਨ ਕੇ ਗੱਲ ਕੀਤੀ, ਡਾਕਟਰ ਸਾਹਿਬ, ਮੇਰੀਆਂ ਦੌਲਤਾਂ ਵਿਕ ਜਾਣ, ਮੇਰੇ ਮੁਰੱਬੇ ਕੋਠੀਆਂ ਵਿਕ ਜਾਣ, ਮੇਰਾ ਮਕਾਨ ਵਿਕ ਜਾਏ, ਮੈਂ ਕਿਰਾਏ ਤੇ ਮਕਾਨ ਲੈ ਕੇ ਰਹਿ ਲਵਾਂਗਾ, ਪਰ ਮੇਰੇ ਬੇਟੇ ਨੂੰ ਬਚਾ ਲਓ, ਮੇਰੇ ਬੇਟੇ ਨੂੰ ਸਿਹਤ ਯਾਬ ਕਰ ਦਿਓ। ਸੋਹਣਿਆ, ਮੇਰੀਆਂ ਦੌਲਤਾਂ ਸਾਰੀਆਂ ਇਹਦੇ ਤੇ ਲੱਗ ਗਈਆਂ, ਸੋਹਣਿਆ, ਮੈਂ ਬੇਸਤਾਂ ਮਜ਼ਦੂਰੀਆਂ ਕਰ ਕਰਕੇ ਇਹਨੂੰ ਇਹਦੇ ਵਾਸਤੇ ਦਵਾਈਆਂ ਲੈ ਕੇ ਆਉਂਦਾ ਰਿਹਾ, ਅੱਜ ਇਹੋ ਹੀ ਮੇਰਾ ਬੇਟਾ ਮੇਰੀਆਂ ਸ਼ਿਕਾਇਤਾਂ ਲੈ ਕੇ ਤੁਹਾਡੇ ਦਰਬਾਰ ਜਾ ਕੇ ਆਏ। ਇਹ ਗੱਲ ਸੁਣੀਏ, ਆਮਿਨਾ ਦੇ ਨਾਲ ਵੀ ਰੋ ਪੈਂਦੇ ਨੇ, ਆਕਾ ਦੀਆਂ ਅੱਖਾਂ ਵੀ ਡੁੱਲ ਪੈਂਦੀਆਂ ਨੇ, ਓਏ ਭਲਾ ਮੇਰੇ ਆਕਾ ਨਾਲੋਂ ਨਰਮ ਦਿਲ ਕੌਣ ਹੋ ਸਕਦਾ ਏ। ਇੱਕ ਬੁੱਢੇ ਬਾਪ ਦਾ ਦੁੱਖ ਸੁਣਿਆ ਤੇ ਮੇਰੇ ਆਕਾ ਦੀਆਂ ਅੱਖਾਂ ਡੁੱਲ ਪੈਂਦੀਆਂ ਨੇ, ਤੇ ਮੇਰੇ ਬਾਪ ਪੈਗੰਬਰ ਅਲੈਹਿਸਸਲਾਮ ਸਲਾਮ ਫਰਮਾਉਂਦੇ ਨੇ, ਅੰਤਾ ਰੂਗਾ ਵਾ ਮਾਲੂਗਾ, ਓਏ ਨੌਜਵਾਨਾ, ਕੰਨ ਖੋਲ ਕੇ ਸੁਣ ਲੈ, ਤੂੰ ਵੀ ਆਪਣੇ ਬਾਪ ਦਾ ਏ, ਤੇਰਾ ਮਾਲ ਵੀ ਤੇਰੇ ਬਾਪ ਦਾ ਏ, ਅੱਜ ਤੋਂ ਬਾਅਦ ਮੇਰੇ ਕੋਲ ਆਪਣੇ ਬਾਪ ਦੀ ਸ਼ਿਕਾਇਤ ਲੈ ਕੇ ਨਾ ਆਈ, ਤੇਰਾ ਬਾਪ ਜਦੋਂ ਚਾਹੇ ਤੇਰਿਆਂ ਪੈਸਿਆਂ ਵਿੱਚੋਂ ਪੈਸੇ ਚੁੱਕ ਕੇ ਲਿਜਾ ਸਕਦਾ ਏ, ਅੱਜ ਤੋਂ ਬਾਅਦ ਆਪਣੇ ਬਾਪ ਦੀ ਸ਼ਿਕਾਇਤ ਮੇਰੇ ਕੋਲ ਨਾ ਲੈ ਕੇ ਆਈ। ਰੱਬੇ ਜੀਵਤਾ ਕੌਣ ਬਾਪ ਏ, ਵੱਖਰੇ ਜਗ ਤੋਂ ਰੁਤਬੇ ਅਸਮਤ ਵੱਖਰੀ ਏ।
फिर लै पाप दी शफकत वखरीए दुनिया फिर लै पाप दी शफकत वखरीए जिवें सूरज चढ़दा है एदियां रोशनियां भी हुंदियां ने एदी गरमैश भी जिस्म ते लगदी है पर जदों सूरज डुब जांदा है अंधेरे पै जांदे ने अंधेरिया दे रातां दा तबदील हो जांदा है इसे तरह बाप सुंदा हुंदा है बाप नसीहतां करदा है नसीहतां करदा है बेटे दी भलाई वास्ते दे ते सख्तियां करदा है बाप नूं बुढ़े बाप बेटे नूं बुढ़े बाप दीआं वसीयतां चंगीआं नहीं लगदीआं पर जदों बाप दुनिया तों चला जांदा है एदी जिंदगी अंदर अंधेरा छा जांदा है जिवें सूरज चला जाए अंधेरा पै जांदा है बाप भी चला जाए ते अंधेरा पै जांदा है बेटे दी जिंदगी दुखां मुसीबतां दा घर बन जांदी है इस वास्ते ते साडे दिल तड़पिया ते बोलदा है वखरे जग तो रुतबे अजमत वखरी दुनिया फिर लै पाप दी शफकत वखरी पाप दी हल्ला शेरी शेर बना देंदी कद ते थापी मारत देर बना देंदी पाप दी हल्ला शेरी शेर बना देंदी कद ते थापी मारत देर बना देंदी बखरे जग को लाद मोहब्बत बखरी दुनिया फिर लै पाप दी शफकत बखरी दुनिया फिर लै पाप दी शफकत बखरी जग ते ना कोई होर नमूना उल्फत दा नबी प्यारे बुआ जन्नत रुक मेरा पर्स बताए अजमत बखरीए दुनिया फिर लै पाप दी शफकत बखरीए राज गमांदे हाफ़िज़ कदों अल्लाह बताए सर ते सारा यार सलामत बाप दाए मेरी झोली दे विच दौलत बखरीए दुनिया फिर लै पाप दी शफकत बखरीए दुनिया फिर लै पाप दी शफकत बखरीए बखरे जग तो रुतबे अजमत बखरीए दुनिया फिर लै पाप दी शफकत बखरीए दुनिया फिर लै पाप दी शफकत बखरीए आमिना दे लाल इस्लाम ने फरमाया जिवें मां दे पैरां थले अल्लाह ने जन्नत रख दिती है इसे तरह पाप नूं अल्लाह पाक ने जन्नत दा दरमियानी दरवाजा बना दिता है जिवें मां पा मां दी खिदमत तो बगैर जन्नत नहीं लभ सकदी इसे तरह पाप खिदमत तो बगैर जन्नत का दरवाजा नहीं जे खुल सकता मेरे आका फरमांदे ने ए पाप जन्नत का दरमियानी दरवाजा है हुण तेरियां मर्जियां ने पाप दियां खिदमतां करके ये दरवाजा खुलवा लै जां मां पा जां पाप दियां बेकदरियां करके दरवाजा अपने वास्ते बंद कर लै आजादे दी वकार करा गौर करदे जाणा मां बाप दी खिदमत दुनिया दे अंदर परेशानियां तो निजात दा जरिया है मां बाप की खिदमत जरिए ये दुनिया दे दुखां तो निजात दे दिंदी है मैं नहीं कह रहा सही बुखारी जा के खोल के बैठ लिया पहली जिल्द ही मेरे आका फरमांदे ने तीन बंदे सफर ते जा रहे ने रस्ते अंदर चलदिया चलदिया बारिश आ जांदी है मौसम खराब तूफान आ जांदा है ये तीन बंदे जिहड़े ने इक कार अंदर जा के छुप जांदे ने कार अंदर जा के पनावा लै लैंदे ने थोड़ी जी देर गुजरती है तूफान की वजह तो यह जरा कार है दरवाजे से एक पत्थर आके रुक जाता है दरवाजा बंद हो जाता है कार का दरवाजा बंद हो जाता है
ਤਿੰਨ ਬੰਦੇ ਕੈਦ ਹੋ ਜਾਂਦੇ ਨੇ, ਕਈ ਦਿਨ ਗੁਜ਼ਰ ਜਾਂਦੇ ਨੇ, ਇਹ ਪੱਥਰ ਇੰਨਾ ਬਦਲੀਏ ਸੈਰ ਤੇ ਨਹੀਂ ਹੋ ਰਿਹਾ, ਬੜੀ ਕੋਸ਼ਿਸ਼ ਕਰਦੇ ਨੇ। ਆਖਰ ਇੱਕ ਦਿਨ ਜਿਨ੍ਹਾਂ ਨੇ ਮਸ਼ਵਰਾ ਕੀਤਾ, ਆਪਣੇ ਆਪਣੇ ਨੇਕ ਅਮਲਾਂ ਦਾ ਵਸੀਲਾ ਪਾ ਕੇ ਅੱਲਾ ਕੋਲ ਦੁਆ ਕਰੀਏ, ਅੱਲਾ ਸਾਨੂੰ ਇਸ ਦੁੱਖ ਮੁਸੀਬਤ ਤੋਂ ਨਜਾਤ ਦੇ ਦੇਵੇਗਾ। ਅਜ਼ਾਦ ਜ਼ਿਲ੍ਹਾ ਦੋ ਬੰਦਿਆਂ ਨੇ ਵੀ ਆਪਣੇ ਨੇਕ ਅਮਲਾਂ ਦਾ ਵਸੀਲਾ ਪਾਇਆ, ਇੱਕ ਬੰਦਾ ਤੀਸਰਾ ਬੰਦਾ ਜਿਹੜਾ ਹੈ ਇਹ ਵੀ ਉੱਠ ਕੇ ਖੜਾ ਹੋ ਗਿਆ, ਅੱਜ ਕਰਕੇ ਆਸਮਾਨ ਵੱਲ ਆਪਣਾ ਮੂੰਹ ਕਰ ਲਿਆ ਹੈ। ਕਹਿਣ ਲੱਗਾ, ਅੱਲਾ ਸੋਹਣਿਆ, ਮੈਂ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਦਾ ਚਵਾਹ, ਮੈਂ ਬੱਕਰੀਆਂ ਦਾ ਛੇੜੂ ਬੱਕਰੀਆਂ ਲੈ ਕੇ ਦੂਰ ਦਰਾਜ ਇਲਾਕਿਆਂ ਬੱਕਰੀਆਂ ਚਰਾਉਣ ਵਾਸਤੇ ਜਾਂਦਾ, ਅੱਲਾ ਮੈਂ ਬੱਕਰੀਆਂ ਚਰਾ ਕੇ ਘਰ ਵਾਪਸ ਆਉਂਦਾ, ਜਦ ਤੱਕ ਮੈਂ ਆਪਣੇ ਮਾਂ ਬਾਪ ਨੂੰ ਬੱਕਰੀਆਂ ਦਾ ਦੁੱਧ ਚੋ ਕੇ ਇਹਨਾਂ ਨੂੰ ਪਿਆ ਨਹੀਂ ਲੈਂਦਾ, ਇਹਨਾਂ ਨੂੰ ਖਾਣਾ ਖਵਾ ਨਹੀਂ ਲੈਂਦਾ, ਉਨੀ ਦੇਰ ਤੱਕ ਮੈਂ ਆਰਾਮ ਨਹੀਂ ਸੀ ਕਰਦਾ, ਨਾ ਮੈਂ ਆਪਣੇ ਬੱਚਿਆਂ ਨੂੰ ਖਾਣਾ ਖਿਲਾਉਂਦਾ ਸਾਂ। ਅੱਲਾ ਸੋਹਣਿਆ, ਜੇ ਮਾਂ ਬਾਪ ਦੀਆਂ ਖਿਦਮਤਾਂ ਕਰਨ ਵਾਲਾ ਅਮਲ ਤੈਨੂੰ ਪਿਆਰਾ ਲੱਗਦਾ ਹੈ, ਮੈਨੂੰ ਇਸ ਦੁੱਖ ਵਿੱਚੋਂ ਕੱਢ ਦੇ, ਇਸ ਮੁਸੀਬਤ ਤੋਂ ਮੈਨੂੰ ਛੁਟਕਾਰਾ ਦੇ ਦੇ। ਇਸ ਬੰਦੇ ਨੇ ਇੰਨੀ ਗੱਲ ਕੀਤੀ ਹੈ, ਅੱਲਾ ਮੈਂ ਮਾਂ ਬਾਪ ਦੀ ਖਿਦਮਤ ਕਰਨ ਵਾਲਾ, ਇਹ ਪੱਥਰ ਜਿਹੜਾ ਹੈ ਇਹ ਚਨਾਬ ਦਰਵਾਜ਼ੇ ਤੋਂ ਹੱਟ ਜਾਂਦਾ ਹੈ, ਰਸਤੇ ਖੁੱਲ ਜਾਂਦੇ ਨੇ। ਮਾਂ ਬਾਪ ਦੀ ਖਿਦਮਤ ਜਿਹੜੀ ਹੈ ਇਹ ਦੁਨੀਆਂ ਦੇ ਅੰਦਰ ਵੀ ਮੁਸੀਬਤਾਂ ਪਰੇਸ਼ਾਨੀਆਂ ਤੋਂ ਬਚਾ ਲੈਂਦੀ ਹੈ, ਤੇ ਮਾਂ ਬਾਪ ਦੀ ਖਿਦਮਤ ਆਖਰਤ ਦੇ ਅੰਦਰ ਵੀ ਮੁਸੀਬਤਾਂ ਦੁੱਖਾਂ ਦੇ ਕੋਲੋਂ ਬਚਾ ਲੈਂਦੀ ਹੈ। ਅਜ਼ਾਦੇ ਜ਼ਿਲ੍ਹਾ ਮਾਂ ਬਾਪ ਦੀ ਬਦਦੁਆ ਜਿਹੜੀ ਹੈ ਇਹ ਦੁਨੀਆਂ ਦੇ ਅੰਦਰ ਵੀ ਇਨਸਾਨ ਦਾ ਬੇੜਾ ਗਰਕ ਕਰ ਦਿੰਦੀ ਹੈ, ਆਖਰਤ ਵੀ ਇਹਦੀ ਤਬਾਹ ਬਰਬਾਦ ਹੋ ਜਾਂਦੀ ਹੈ। ਇੱਕ ਅੱਲਾ ਦਾ ਵਲੀ ਹੈ ਜਿਹਦਾ ਨਾਮ ਜੁਰਾਜ ਰਹਿਮਤੁਲਾ ਲੈ, ਇੱਕ ਦਿਨ ਆਪਣੀ ਕੁੱਠੀਆ ਦੇ ਅੰਦਰ ਆਪਣੀ ਕੁੱਲੇ ਅੰਦਰ ਬੈਠਾ ਹੈ, ਅੱਲਾ ਅੱਲਾ ਕਰਨ ਦੇ ਆਏ, ਬੁੱਢੀ ਮਾਂ ਆਪਣੇ ਬੇਟੇ ਨੂੰ ਮਿਲਣ ਵਾਸਤੇ ਆਈ ਹੈ, ਤੇ ਮਾਂ ਕਿਹਾ ਦਾ ਮਾਂ ਕੀ ਯਾਰ ਜੁਰਾਜ, ਯਾਰ ਜੁਰਾਜ, ਤੇ ਜੁਰਾਜ ਨੇ ਨਮਾਜ਼ ਨੀਤੀ ਹੈ, ਜੁਰਾਜ ਨੇ ਸੋਚਿਆ ਮਾਂ ਤੇ ਫਿਰ ਵੀ ਮਿਲ ਜਾਏਗੀ, ਨਮਾਜ਼ ਨਹੀਂ ਮਿਲਣੀ, ਕਿਉਂ ਨਾ ਹੋਏ ਮੈਂ ਨਮਾਜ਼ ਮੁਕੰਮਲ ਕਰ ਲਵਾਂ, ਮਾਂ ਬਾਜ਼ਾ ਮਾਰ ਮਾਰ ਕੇ ਚਲੀ ਜਾਂਦੀ ਹੈ। ਜੁਰਾਜ ਅੱਲਾ ਦਾ ਵਲੀ ਨਮਾਜ਼ਾਂ ਪੜੀ ਜਾ ਰਿਹਾ ਹੈ, ਆਖਰ ਮਾਂ ਦਿਲ ਦੇ ਹੱਥੋਂ ਮਜਬੂਰ ਹੋ ਗਏ, ਇੱਕ ਬਦਦੁਆ ਕਰ ਦਿੰਦੀ ਹੈ, ਤੇ ਮੌਲਾ ਬੜੀ ਪਿਆਰੀ ਗੱਲ ਕਰਦੇ ਨੇ, ਆਂਦੇ ਨੇ ਨਾ ਬੋਲਿਆ ਜੁਰਾਜ ਵਾਜਾ ਮਾਈ ਨੇ ਮਾਰਿਆ। ਜਦੋਂ ਬੰਦਾ ਨਫਲੀ ਨਮਾਜ਼ ਪੜਨ ਦਿਆ ਹੋਏ ਮਾਂ ਆਵਾਜ਼ ਮਾਰੇ, ਨਫਲੀ ਨਮਾਜ਼ ਤੋੜੀ ਜਾ ਸਕਦੀ ਹੈ ਪਰ ਮਾਂ ਦੀ ਜਿਹੜੀ ਆਵਾਜ਼ ਉਹਨੂੰ ਨਹੀਂ ਠੁਕਰਾਇਆ ਜਾ ਸਕਦਾ। ਅਜ਼ਾਦੇ ਜ਼ਿਲ੍ਹਾ ਅੱਲਾ ਦਾ ਬਲੀ ਤੇ ਹੈ ਵੀ ਰਜਿਸਟਰ ਬਲੀ ਹੈ, ਜਿਹਨੂੰ ਆਮ ਇਹਨਾਂ ਦੇ ਲਾਲ ਨੇ ਬਲੀ ਆਖਿਆ। ਅਜ਼ਾਦੇ ਜ਼ਿਲ੍ਹਾ ਇੰਜ ਦੇ ਬਲੀਆਂ ਦੇ ਪੈਰਾਂ ਦੀ ਸਾਖ ਮੇਰੀ ਅੱਖਾਂ ਦਾ ਸੁਰਮਾ ਹੈ, ਅਜ਼ਾਦੇ ਜ਼ਿਲ੍ਹਾ ਅੱਲਾ ਦਾ ਬਲੀ ਹੈ ਜਿਹਨੂੰ ਨਬੀ ਪਾਕ ਨੇ ਬਲੀ ਆਖਿਆ। ਨਾ ਬੋਲਿਆ ਜੁਰੈਜ ਵਾਜਾ ਮਾਈ ਨੇ ਮਾਰਿਆ, ਆਸਰ ਨੂੰ ਮੁੜ ਗਈ ਬਚੀਆਂ ਦਿਲ ਤੇ ਗਵਾਰੀਆਂ। ਤੇ ਮਾਂ ਜਿਹੜੀ ਹੈ ਇਹ ਚਾਹੁੰਦਿਆਂ ਚਾਹੁੰਦਿਆਂ ਇੱਕ ਬਦਦੁਆ ਕਰ ਦਿੰਦੀ ਹੈ, ਆਂਦੀ ਹੈ ਮਾਂ ਨੇ ਅੱਲਾ ਅੱਗੇ ਅਰਜ਼ਾਂ ਗੁਜ਼ਾਰੀਆਂ, ਰੱਬਾ ਕਰੀ ਰੁਸਵਾ ਦੇ ਤਾਈ, ਤੇ ਉਹਨਾਂ ਚਿਰ ਨਾ ਮਾਰੀ ਸੁਖਨ ਲਚਾਰਦਾ, ਜਦ ਤੱਕ ਨਾ ਵੇਖੇ ਮੂੰਹ ਔਰਤ ਬਦਕਾਰਦਾ। ਤੇ ਜੋਸ਼ ਵਿੱਚ ਆਇਆ ਸੁਣ ਕੇ ਅਰਸ਼ ਚਪਾਰਦਾ, ਹੋਈਆਂ ਕਬੂਲ ਦਵਾਈ ਤੇ ਖਿੱਚ ਲਿਆਂਦਾ ਲੋਕਾਂ ਗੁਜ਼ਰੇ ਮਾਰ ਸੀ, ਧੱਕੇ ਤੇ ਧੱਕਾ ਮਾਰ ਪੈਂਦੀ ਸੀ ਮਾਰ ਸੀ। ਅਜ਼ਾਦੇ ਜ਼ਿਲ੍ਹਾ ਅੱਲਾ ਦਾ ਬਲੀ ਹੈ, ਮਾਂ ਨੇ ਬਦਦੁਆ ਕਰ ਦਿੱਤੀ ਹੈ, ਇਹ ਅੱਲਾ ਦਾ ਬਲੀ ਅੱਲਾ ਅੱਲਾ ਕਰਨ ਦੇ ਆਏ, ਪਿੰਡ ਦੇ ਲੋਕ ਆਏ ਨੇ, ਇਸ ਦੀ ਕੁੱਲੀ ਢਾ ਦਿੱਤੀ ਹੈ, ਕੁੱਲੀ ਨੂੰ ਅੱਗ ਲਾ ਦਿੰਦੀ ਹੈ, ਇਸ ਅੱਲਾ ਦੇ ਬਲੀ ਨੂੰ ਉਜਰਿਓ ਬਾਹਰ ਕੱਢ ਲਿਆ ਜਾਂਦਾ ਹੈ। ਲੋਕ ਇਹਨੂੰ ਮਾਰਦੇ ਨੇ, ਲੋਕ ਇਹਨੂੰ ਪੱਥਰ ਮਾਰਦੇ ਨੇ, ਜ਼ਖਮੀ ਕਰ ਦਿੰਦੇ ਨੇ ਮਾਰ ਮਾਰ ਕੇ। ਅੱਲਾ ਜ਼ਿਲ੍ਹਾ ਅੱਲਾ ਦਾ ਬਲੀ ਬੋਲ ਕੇ ਆਉਂਦਾ ਹੈ, ਕਿਉਂ ਤੁਸੀਂ ਮਾਰਦੇ ਹੋ ਪਰਦਾ
نکاح بھی نہیں ہوا لیکن بچہ بھی اللہ دے ولی وچ رہ جاتا ہے۔ اس گل وچ حقیقت کوئی نہیں، الزام لگایا گیا ہے پر ماں دیاں بدعاواں نے اثر کر دیتا ہے، پنڈ والیاں نے مار مار کے لو لان کر دیتا ہے۔ اللہ دا ولی لوگوں نوں آندا ہے لوگوں میرا کوئی قصور نہیں، میرا کوئی جرم نہیں، جاؤ اس بچے نوں میرے کول لے کے آؤ یا مینوں اس بچے دے کول لے کے جاؤ۔ بچہ لے آندا جاندا ہے، اللہ دے ولی نے اس بچے نوں زمین تے لگا دیتا ہے، اودے پیٹ دے اوتے ہاتھ رکھے آئے، پیٹ تے ہاتھ رکھ کے اللہ دے ولی نے آکھیا اوے بچے بول کے دس اللہ دے حکم نال تیرا باپ کون ہے۔ اے بچہ بول کے آندا دودھ پیندا بچہ، اے ولی تے ولی دی کرامت، اے دودھ پیندا بچہ بول کے دسدا ہے لوگوں اے اللہ دا ولی بے قصور ہے، میرا باپ تے فلا بکریاں چارن والا کروا ہے۔ لوگ معافیاں منگ دے نے، اللہ دے ولی سانو معاف کر دیو، اسی تہاڈی کلی جڑی ککھاں دی بنی سی اسی سونے دیاں اٹاں لا کے بنا دینے آ، چاندی دا گھر لا کے بنا دینے آ۔ اللہ دا ولی چرائد کو پیاندا اے لوگو، ایدے وچ تہاڈا وی قصور نہیں ہے، میرا وی قصور نہیں ہے، اے سارا کچھ تباہ ہویا ہے تے ماں دیاں بدعاواں نال ہویا ہے۔ اوے ماں دیاں بدعاواں نال زندگی برباد ہو جاندی جے، اس واسطے ماں باپ دے کول دعاواں لیا کرو، ماں باپ دیاں بدعاواں دے کول بچیا کرو۔ آئیے نا ذرا غور کرتے جانا، میں باپ دی گل کر رہا ہاں۔ حضرت زیوکار میرے اور تہاڈے پیر و مرشد جناب محمد صلی اللہ علیہ وسلم، میرے پاک پیغمبر اسلام دنیا تے اجے آئے نہیں، میرے نبی دا باپ دنیا تو پہلے چلا گیا ہے، میرے پیغمبر دی عمر اجے صرف 6 سال دی ہے، میرے آقا اپنی ماں آمنہ دے کول آئے نے تے اپنے ہاریاں دے نال اپنے ہم عمر بچیاں نوں باہر کھیلن واسطے گئے نے، تے میرے آقا اسلام دے ہم عمر جڑے بچے کھیلدیاں کھیلدیاں رک کے گلاں باتاں کرنیاں شروع کر دیندے نے۔ ایک بچہ بول کے آندا میرا باپ میرا ابو میرے واسطے فلاں چیز لے کے آیا، فلاں کھلونا لے کے آیا ہے، فلاں ملک وچوں میرے واسطے بڑی چیز لے کے آیا ہے۔ میرے باپ پیغمبر اسلام انہاں بچیاں دے منہ وال ویکھی جا رہے نے، میرے آقا علیہ الصلوۃ والسلام نے انہاں بچیاں دیاں گلاں سنیاں تے میرے آقا دیاں اکھاں ڈر پیندیاں نے۔ میرے نبی نے اس واسطے منع کیتا ہے، میرے آقا فرماندے نے کوئی باپ کسی یتیم دے سامنے اپنے بیٹے نال پیار نہ کرے، کوئی باپ کسی یتیم دے سامنے اپنے بیٹے نو تحفے نہ لے آ کرے کہ اس یتیم دا دل نہ ٹوٹ جائے۔ حضرت زیوکار باپ دی قدر کی ہے، باپ دی قدر کی ہے، میرے نبی دے کولوں پوچھ لے۔ میرے آقا علیہ السلام روندے آ روندے آ بچیاں نو چھڈ کے اپنی ماں دے کول چلے جاندے نے۔ ماں آمنہ بیٹھی ہے، میرے آقا نے ماں آمنہ دی گود اندر اپنا سر رکھیا تے میرے آقا فرماندے نے امی میرا ابو کتے نے؟ لوگاں دے ابو تحفے تحائف لے کے آندے نے تے میرا باپ میرا ابو کتے نے؟ تے ماں کہندی ہے چل بیٹا میں تینوں تیرے باپ نوں بلا کے لیاواں۔ ماں نے بیٹے دی انگلی پھڑی ہے تے سیدنا سردار عبداللہ دی قبر تے لے جاندی ہے مدینے دے قریب۔ میرے آقا باپ دی قبر تے کھڑے ہو کے روندے نے، میرے آقا دی اکھاں ڈل پیندیاں نے، قبر دی مٹی گلی ہو جاندی ہے۔ حضرت زیوکار انہاں کولوں پوچھ کے ویکھ جنہاں دے باپ دنیا تو چلے گئے نے، جنہاں دیاں ماواں دنیا تو چلیاں گئیاں نے، باپ زندہ ہے تے اودیاں قدراں کر لے، اگر دنیا تو چلے گئے تے انہاں واسطے دعاواں کر لے۔
ਸਾਦੇ ਜੀਵਨਦਾਰ ਮੇਰੇ ਆਗਰਾ ਪਾਪ ਦੀ ਕਬਰ ਤੇ ਰੋ ਰਹੇ ਨੇ, ਮਾਂ ਨੇ ਸੀਨੇ ਨਾ ਲਾਇਆ, ਬਲਾਸਾ ਦਿੱਤਾ ਵਾਪਸ ਲੈ ਕੇ ਤੁਰ ਪੈਂਦੀ ਹੈ ਮੁਕਾਮੇ ਅਵਾਰ ਤੇ ਆ ਕੇ, ਮਾਂ ਵੀ ਮੇਰੇ ਨਬੀ ਨੂੰ ਛੱਡ ਕਰਕੇ ਚਲੀ ਜਾਂਦੀ ਹੈ। ਪਹਿਲੇ ਬਾਪ ਦਾ ਮੁਖੜਾ ਤੱਕ ਨਾ ਵੇਖਿਆ, ਫਿਰ ਮੇਰੇ ਬਾਪ ਪੈਗੰਬਰ ਅਲੈਹਿ ਸਲਾਤੁ ਵਸਲਾਮ ਕੋਲੋਂ ਮਾਂ ਵੀ ਦੂਰ ਚਲੀ ਜਾਂਦੀ ਹੈ। ਇੱਕ ਵਕਤ ਐਸਾ ਆਇਆ ਮੇਰੇ ਬਾਪ ਪੈਗੰਬਰ ਅਲੈਹਿ ਸਲਾਤੁ ਵਸਲਾਮ ਜਵਾਨ ਹੁੰਦੇ ਨੇ, ਮੇਰੇ ਆਕਾ ਦੀਆਂ ਸ਼ਾਦੀਆਂ ਹੁੰਦੀਆਂ ਨੇ, ਮੇਰੇ ਆਕਾ ਨਮਾਜ਼ ਪੜ੍ਹਨ ਵਾਸਤੇ ਨਮਾਜ਼ ਈਦ ਪੜ੍ਹਨ ਵਾਸਤੇ ਬਾਹਰ ਨਿਕਲੇ ਨੇ। ਮੇਰੇ ਆਕਾ ਨੇ ਇੱਕ ਬੱਚੇ ਨੂੰ ਵੇਖਿਆ, ਈਦ ਵਾਲੇ ਦਿਨ ਫਟੇ ਪੁਰਾਣੇ ਕੱਪੜੇ ਪੈਰਾਂ ਤੋਂ ਨੰਗਾ ਮਿੱਟੀ ਅੰਦਰ ਖੇਲਦਾ ਪਿਆ ਹੈ। ਮੇਰੇ ਆਕਾ ਫਰਮਾਉਂਦੇ ਨੇ, ਪੁੱਤਰਾ ਤੂੰ ਕੱਪੜੇ ਕਿਉਂ ਨਹੀਂ ਪਾਏ, ਤੇਰੇ ਪੈਰਾਂ ਵਿੱਚ ਜੁੱਤੀ ਕਿਉਂ ਨਹੀਂ? ਇਹ ਬੱਚਾ ਰੋ ਕੇ ਆਂਦਾ, ਸੋਹਣਿਆ ਜਿਨ੍ਹਾਂ ਦੇ ਬਾਪ ਹੁੰਦੇ ਨੇ ਕੱਪੜੇ ਤੇ ਉਹ ਪਾਉਂਦੇ ਨੇ, ਸੋਹਣਿਆ ਜਿਨ੍ਹਾਂ ਦੇ ਬਾਪ ਸਿਰ ਤੇ ਸਲਾਮਤ ਹੁੰਦੇ ਨੇ ਨਵੀਆਂ ਜੁੱਤੀਆਂ ਤੇ ਉਹ ਪਾਉਂਦੇ ਨੇ, ਸੋਹਣਿਆ ਮੈਂ ਤੇ ਉਹ ਬਦ ਨਸੀਬਾ ਜਿਹਦਾ ਬਾਪ ਕੋਈ ਨਹੀਂ, ਕੱਪੜੇ ਮੈਨੂੰ ਕੌਣ ਲੈ ਕੇ ਦੇਵੇ? ਹਜ਼ਰਤ ਦੇ ਜੀਵਨਕਾਰ ਬਾਪ ਦੀਆਂ ਸ਼ਫਕਤਾਂ ਦਾ ਅੰਦਾਜ਼ਾ ਲਗਾ ਲਓ। ਮੈਂ ਵੀ ਬਾਪ ਆ, ਤੁਹਾਡੇ ਵਿੱਚੋਂ ਵੀ ਕਈ ਬਾਪ ਬਣੇ ਬੈਠੇ ਨੇ। ਮੇਰੇ ਦੋਸਤ ਬੰਦਾ ਸੋਚਦਾ ਹੈ ਮੇਰੀ ਖੈਰ ਹੈ, ਮੈਂ ਕੱਪੜੇ ਨਾ ਵੀ ਲਵਾਂਗਾ ਗੁਜ਼ਾਰਾ ਹੋ ਜਾਏਗਾ, ਜੁੱਤੀਆਂ ਨਾ ਵੀ ਲਵਾਂਗਾ ਗੁਜ਼ਾਰਾ ਹੋ ਜਾਏਗਾ, ਕਿਤੇ ਮੇਰੇ ਬੱਚੇ ਲੋਕਾਂ ਵੱਲ ਵੇਖ ਕੇ ਤਰਸਦੇ ਨਜ਼ਰ ਨਾ ਆਉਣ। ਬੰਦਾ ਆਪਣੀਆਂ ਖੁਆਇਸ਼ਾਂ ਮਾਰ ਦਿੰਦਾ ਹੈ ਪਰ ਆਪਣੇ ਬੱਚਿਆਂ ਦੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਕੇ ਛੱਡਦਾ ਹੈ। ਮੇਰੇ ਆਕਾ ਅਲੈਹਿ ਸਲਾਮ ਨੇ ਯਤੀਮੀਆਂ ਵਾਲੇ ਬਾਗ ਵੇਖੇ ਨੇ, ਯਤੀਮੀਆਂ ਵਾਲੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਨੇ, ਇਸ ਬੱਚੇ ਨੂੰ ਚੁੱਕਿਆ, ਮੇਰੇ ਆਕਾ ਨੇ ਸੀਨੇ ਨਾਲ ਲਾ ਲਿਆ। ਹਾਲਾਂਕਿ ਨਮਾਜ਼ ਪੜ੍ਹਨ ਜਾ ਰਹੇ ਨੇ, ਨਮਾਜ਼ ਪੜ੍ਹਨ ਨਹੀਂ ਗਏ, ਬੱਚੇ ਨੂੰ ਸੀਨੇ ਨਾਲ ਲਾ ਕੇ ਘਰ ਚਲੇ ਜਾਂਦੇ ਨੇ। ਤੇ ਸੈਯਦਾ ਐਸਾ ਲਵਾਉਂਦੇ ਨੇ, ਇਹ ਪਿਆਰੀ ਐਸਾ ਤੂੰ ਆਨੀ ਹੈ, ਮੇਰੇ ਕੋਲ ਬੇਟਾ ਨਹੀਂ ਹੈ, ਵੇਖ ਅੱਲਾ ਨੇ ਬੇਟਾ ਦੇ ਦਿੱਤਾ ਈ, ਇਹਨੂੰ ਆਪਣਾ ਬੇਟਾ ਬਣਾ ਲੈਂਦੇ ਆ। ਤੇ ਸੈਯਦਾ ਐਸਾ ਸਿੱਦੀਕਾ ਨੇ ਇਸ ਬੱਚੇ ਨੂੰ ਲਹਿਲਾਇਆ, ਕੱਪੜੇ ਪਹਿਨਾਏ, ਸੁਰਮਾ ਪਾਇਆ, ਤਿਆਰ ਕੀਤਾ। ਮੇਰੇ ਆਕਾ ਦੀ ਸਲਾਮ ਉਂਗਲੀ ਫੜ ਕੇ ਇਹਨੂੰ ਮਕਾਨੇ ਈਦ ਵਿੱਚ ਲੈ ਜਾਂਦੇ ਨੇ। ਹਜ਼ਰਤੇ ਜ਼ੀਵਨਦਾਰ ਬਾਪ ਦੀ ਸ਼ਫਕਤ, ਬਾਪ ਦੀ ਮੁਹੱਬਤ, ਬਾਪ ਨਾ ਹੋਵੇ ਹਜ਼ਰਤੇ ਜ਼ੀਵਨਦਾਰ ਦੁਨੀਆ ਤੋਂ ਮੁਹੱਬਤਾਂ ਵਾਲੇ ਸਾਏ ਉੱਠ ਜਾਂਦੇ ਨੇ, ਸ਼ਫਕਤ ਵਾਲਾ ਸਾਇਆ ਉੱਠ ਜਾਂਦਾ ਹੈ। ਹਜ਼ਰਤੇ ਜ਼ੀਵਨਦਾਰ ਜਦੋਂ ਮਾਂ ਬਾਪ ਦੁਨੀਆ ਤੋਂ ਚਲੇ ਜਾਂਦੇ ਨੇ, ਮਾਂ ਬਾਪ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਦੁਆਵਾਂ ਵਾਲੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਇਹ ਦੇਖ ਤੇ ਸਹੀ ਦਾ ਗੌਰ ਕਰਤਾ ਜਾਈ, ਮੇਰੇ ਬਾਪ ਪੈਗੰਬਰ ਹਜ਼ਰਤ ਜਨਾਬੇ ਮੂਸਾ ਅਲੈਹਿ ਸਲਾਤੁ ਵਸਲਾਮ ਮਾਂ ਸੁਣਦਾ ਹੈ ਤੇ ਅੱਲਾ ਜ਼ੁਲ ਜਲਾਲੇ ਵਾਲੀ ਕਰਾਮ ਨੂੰ ਉਹੇ ਦੂਰ ਤੇ ਮਿਲਣ ਵਾਸਤੇ ਜਾਂਦੇ ਨੇ, ਮੁਲਾਕਾਤਾਂ ਕਰਨ ਵਾਸਤੇ ਜਾਂਦੇ ਨੇ, ਤੇ ਪੈਰਾਂ ਵਿੱਚ ਜੁੱਤੀ ਪਾ ਕੇ ਇੰਜੀ ਚਲੇ ਜਾਂਦੇ ਨੇ। ਇੱਕ ਦਿਨ ਮਾਂ ਫੋਤ ਹੋ ਜਾਂਦੀ ਹੈ, ਹਜ਼ਰਤ ਮੂਸਾ ਅਲੈਹਿ ਸਲਾਤੁ ਵਸਲਾਮ ਇੰਜੀ ਜਾਣ ਲੱਗਦੇ ਨੇ, ਅੱਲਾ ਫਰਮਾਉਂਦੇ ਨੇ ਮੂਸਾ ਰੁਕ ਜਾ, ਮੂਸਾ ਰੁਕ ਜਾ, ਇਹ ਜੁੱਤੀ ਉਤਾਰ ਕੇ ਆਈ ਹੈ, ਜ਼ਮੀਨ ਬੜੀ ਪਾਕੀ। ਤੇ ਜਨਾਬੇ ਮੂਸਾ ਅਲੈਹਿ ਸਲਾਮ ਫਰਮਾਉਂਦੇ ਨੇ ਅੱਲਾ ਅੱਗੇ ਵੀ ਤੇ ਇੰਜੀ ਆਨਾ ਸਾ, ਅੱਲਾ ਫਰਮਾਉਂਦੇ ਅੱਗੇ ਤੇਰੀ ਮਾਂ ਦੇ ਵਾਸਤੇ ਦੁਆਵਾਂ ਕਰਦੀ ਸੀ, ਹੁਣ ਦੁਆਵਾਂ ਕਰਨ ਵਾਲੀ ਮਾਂ ਦੁਨੀਆਂ ਤੋਂ ਚਲੀ ਗਈ ਹੈ। ਹਜ਼ਰਤੇ ਜ਼ੀਵਨਦਾਰ ਮਾਂ ਬਾਪ ਦੁਨੀਆਂ ਤੋਂ ਚਲੇ ਜਾਂਦੇ ਨੇ, ਦੁਆਵਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਇਹ ਦੇਖ ਇੱਕ ਬਾਪ ਤੇ ਉਹਦਾ ਬੇਟਾ ਹੈ, ਤੇ ਇਹਨਾਂ ਦਾ ਵਾਕਿਆ ਅੱਲਾ ਨੇ ਕੁਰਾਨ ਚ ਬਿਆਨ ਕੀਤਾ ਹੈ। ਹਜ਼ਰਤੇ ਜ਼ੀਵਨਦਾਰ ਬਣੀ ਇਸਰਾਇਲ ਦੇ ਅੰਦਰ ਨਾ ਇੱਕ ਕਤਲ ਹੋ ਜਾਂਦਾ ਹੈ, ਤੇ ਕਤਲ ਵਾਸਤੇ ਜੋ ਕਤਲ ਹੋਇਆ ਲੋਕ ਇਕੱਠੇ ਹੋ ਕੇ ਜਨਾਬੇ ਮੂਸਾ ਅਲੈਹਿ ਸਲਾਮ ਦੇ ਕੋਲ ਆਏ, ਅੱਲਾ ਦੇ ਨਬੀ ਜੀ ਕਾਤਲ ਨਹੀਂ ਲੱਭਣ ਦਿਆ, ਤੇ ਜਨਾਬੇ ਮੂਸਾ ਅਲੈਹਿ ਸਲਾਮ ਤੋਂ ਸਲਾਮ ਫਰਮਾਉਂਦੇ ਨੇ ਇੱਕ ਜਨਾਬ ਜਿਹੜਾ ਗਾਏ ਨੂੰ ਜ਼ਬਾਹ ਕਰਕੇ ਉਹਦਾ ਇੱਕ ਗੋਸ਼ਤ ਦਾ ਟੁਕੜਾ ਮੇਰੇ ਕੋਲ ਲੈ ਕੇ ਆਓ, ਮੈਂ ਉਸ ਗੋਸ਼ਤ ਦਾ ਟੁਕੜਾ ਇਸ ਮਈਤ ਤੇ ਮਾਰਾਂਗਾ, ਇਹ ਮਈਤ ਆਪ ਬੋਲ ਕੇ ਦੱਸੇਗੀ ਕਿ ਮੇਰਾ ਕਾਤਲ ਕੌਣ ਹੈ। ਹੁਣ ਇਹ ਜਿਹੜੇ ਬਣੀ ਇਸਰਾਇਲ ਦੇ ਲੋਕ ਨੇ ਉਹ ਗਾਏ ਲੱਭਣ ਵਾਸਤੇ ਚਲੇ ਜਾਂਦੇ ਨੇ, ਤੇ ਇਹਨਾਂ ਨੇ ਬੜੀਆਂ ਗੱਲਾਂ ਕੀਤੀਆਂ, ਗਾਏ ਕਿੰਝ ਦੀ ਹੋਏ, ਗਾਏ ਦਾ ਰੰਗ ਕਿਵੇਂ ਦਾ ਹੋਏ, ਇਹਨਾਂ ਨੇ ਆਪਣੇ ਵਾਸਤੇ ਆਪ ਹੀ ਮੁਸ਼ਕਲਾਂ ਖੜੀਆਂ ਕਰ ਲਈਆਂ, ਸਵਾਲ ਤੇ ਸਵਾਲ ਕਰੀ ਜਾਂਦੇ ਨੇ, ਆਖਰ ਕਰਦਿਆਂ ਇਹਨਾਂ ਨੂੰ ਗਾਏ ਲੱਭ ਜਾਂਦੀ ਹੈ, ਜਿਹੜੀਆਂ ਨਿਸ਼ਾਨੀਆਂ ਜਨਾਬੇ ਮੂਸਾ ਨੇ ਦੱਸੀਆਂ ਨੇ। ਇਹ ਗਾਏ ਇੱਕ ਯਤੀਮ ਬੱਚੇ ਦੀ ਹੈ, ਇਹ ਬੱਚਾ ਕੌਣ ਹੈ? ਜਦੋਂ ਇਹਦਾ ਬਾਪ ਜ਼ਿੰਦਾ ਸੀ, ਇੱਕ ਦਿਨ ਐਸਾ ਆਇਆ ਇਹਦਾ ਬਾਪ
ਹੋ ਰਿਹਾ ਹੈ ਤੇ ਇੱਕ ਬਾਰ ਜਨਾਬ ਸੋਨਾ ਵੇਚਣ ਵਾਲਾ ਹੀਰੇ ਜਵਾਹਰਾਤ ਵੇਚਣ ਵਾਲਾ ਆ ਕੇ ਇਸ ਬੱਚੇ ਦਾ ਦਰਵਾਜ਼ਾ ਖਟਖਟਾਉਂਦਾ ਹੈ ਬੱਚੇ ਨੂੰ ਆਉਂਦਾ ਹੈ ਓਏ ਬੱਚਿਆ ਮੇਰੇ ਕੋਲ ਇਹ ਕੀਮਤੀ ਸੋਨਾ ਤੇ ਕੀਮਤੀ ਹੀਰੇ ਦੇ ਜਵਾਹਰਾਤ ਨੇ ਇਹ ਸੋਨਾ ਤੇ ਇਹ ਕੀਮਤੀ ਜਵਾਹਰਾਤ ਮੈਂ ਤੈਨੂੰ 90,000 ਵਿੱਚ ਫਰੋਖਤ ਕਰ ਦੇਵਾਂਗਾ ਇਹ ਬੱਚਾ ਕਹਿਣ ਲੱਗਾ ਇਹ ਬੱਚਾ ਕਹਿਣ ਲੱਗਾ ਮੇਰਾ ਬਾਪ ਸੁੱਤਾ ਏ ਤੇ ਜਿਹੜੇ ਸਾਡੇ ਪੈਸੇ ਨੇ ਮੇਰੇ ਬਾਪ ਦੇ ਸਰਾਣੇ ਪਏ ਨੇ ਮੈਂ ਉਹ ਪੈਸੇ ਨਹੀਂ ਕੱਢਣੇ ਕਿਉਂਕਿ ਮੇਰੇ ਬਾਪ ਦੇ ਰਾਹ ਵਿੱਚ ਖਲਲ ਪੈਦਾ ਹੋ ਜਾਏਗਾ ਮੈਂ ਆਪਣੇ ਬਾਪ ਨੂੰ ਬੇਰਾਮ ਨਹੀਂ ਕਰਨਾ ਚਾਹੁੰਦਾ ਇਹ ਕਹਿਣ ਲੱਗਾ ਜੇ ਹੁਣੇ ਪੈਸੇ ਲੈ ਕੇ ਆਏਗਾ ਮੈਂ ਤੈਨੂੰ 80,000 ਜਿਹੜੇ ਸੋਨਾ ਦੇ ਦੇਵਾਂਗਾ ਇਹ ਬੱਚਾ ਕਹਿਣ ਲੱਗਾ ਤੂੰ 80,000 ਦੀ ਗੱਲ ਕਰਨਾ ਮੇਰੇ ਬਾਪ ਦੇ ਚੜ੍ਹਨ ਤੱਕ ਇੰਤਜ਼ਾਰ ਕਰ ਮੈਂ ਤੈਨੂੰ 1,00,000 ਰੁਪਇਆ ਦੇ ਕੇ ਤੇਰੇ ਕੋਲ ਖਰੀਦ ਲਵਾਂਗਾ ਲੇਕਿਨ ਮੈਂ ਆਪਣੇ ਬਾਪ ਨੂੰ ਬੇਦਾਰ ਨਹੀਂ ਕਰਨਾ ਕਿਉਂਕਿ ਮੇਰੇ ਬਾਪ ਦੇ ਆਰਾਮ ਵਿੱਚ ਖਲਲ ਪੈਦਾ ਹੋ ਜਾਏਗਾ ਤੇਰਾ ਬਾਪ ਸੁੱਤਾ ਹੋਏ ਉਹਨੂੰ ਬੇਚਾਰੇ ਨੂੰ ਬਿਮਾਰੀ ਦੀ ਵਜ੍ਹਾ ਤੋਂ ਖੰਗ ਲੱਗ ਜਾਏ ਖਾਂਸੀ ਲੱਗ ਜਾਏ ਤੇਰੀ ਬੀਵੀ ਆਉਂਦੀ ਏ ਆਪਣੇ ਬਾਪ ਨੂੰ ਦੂਰ ਜਾ ਕੇ ਕਦੇ ਛੱਡ ਗਿਆ ਇਹਦੀ ਖੂ ਖੁੰਮ ਸਾਨੂੰ ਸੌਣ ਨਹੀਂ ਦਿੰਦੀ ਤੂੰ ਆਪਣੇ ਬਾਪ ਨੂੰ ਕਹਿੰਦਾ ਏ ਅੱਬਾ ਫਲਾਂ ਕਮਰੇ ਵਿੱਚ ਜਾ ਕੇ ਬਹਿ ਜਾ ਜਿੱਥੇ ਤੇਰੀ ਆਵਾਜ਼ ਸਾਨੂੰ ਨਾ ਆਏ ਹਜ਼ਰਤ ਦੇ ਸੇਵਕਾਰ ਇਸੇ ਤਰ੍ਹਾਂ ਸ਼ੇਖ ਸਾਦੀ ਨੇ ਇੱਕ ਮਕੂਲਾ ਲਿਖਿਆ ਇੱਕ ਵਾਕਿਆ ਲਿਖਿਆ ਕਿ ਇੱਕ ਬਾਪ ਆਪਣੇ ਬੇਟੇ ਦੇ ਘਰ ਵਿੱਚ ਖਾਂਸ ਰਿਹਾ ਹੈ ਉਹਨੂੰ ਖਾਂਸੀ ਲੱਗੀ ਹੈ ਤੇ ਬੀਵੀ ਕਹਿਣ ਲੱਗੀ ਆਪਣੇ ਬਾਪ ਨੂੰ ਇਹ ਦੂਰ ਕਮਰੇ ਅੰਦਰ ਜਾ ਕੇ ਛੱਡ ਗਿਆ ਤਾਂ ਕਿ ਇਹਦੀ ਆਵਾਜ਼ ਸਾਨੂੰ ਡਿਸਟਰਬ ਨਾ ਕਰੇ ਸਾਨੂੰ ਤੰਗ ਤੇ ਪਰੇਸ਼ਾਨ ਨਾ ਕਰੇ ਇਹ ਬੇਟਾ ਉੱਠਿਆ ਇਹਨੇ ਜਲਦੀ ਨਾਲ ਇੱਕ ਫਟਿਆ ਪੁਰਾਣਾ ਟਾਟ ਚੁੱਕਿਆ ਨਾ ਤੇ ਆਪਣੇ ਬਾਪ ਨੂੰ ਜਾ ਕੇ ਕਹਿਣ ਲੱਗਾ ਅੱਬਾ ਇਹ ਟਾਟ ਲੈ ਜਾ ਇਹ ਕੰਬਲ ਲੈ ਜਾ ਤੇ ਉਹ ਦੂਰ ਕਮਰੇ ਅੰਦਰ ਜਾ ਕੇ ਬਹਿ ਜਾ ਜਿੱਥੇ ਤੇਰੀ ਆਵਾਜ਼ ਸਾਨੂੰ ਸੁਣਾਈ ਨਾ ਦੇਵੇ ਕਿਉਂਕਿ ਤੇਰੀ ਆਵਾਜ਼ ਸਾਨੂੰ ਡਿਸਟਰਬ ਕਰਦੀ ਹੈ ਸੌਣ ਨਹੀਂ ਦਿੰਦੀ ਇਹ ਬੁੱਢਾ ਬਾਪ ਉੱਠਦਾ ਹੈ ਆਪਣੇ ਬੱਚਿਆਂ ਦੇ ਆਰਾਮ ਵਾਸਤੇ ਇਹਨੇ ਇਹ ਨਹੀਂ ਆਖਿਆ ਘਰ ਮੇਰਾ ਹੈ ਇਹ ਜ਼ਮੀਨ ਮੇਰੀ ਹੈ ਇਹ ਪਲਾਟ ਮੇਰਾ ਹੈ ਇਹ ਕੰਬਲ ਵੀ ਮੇਰਾ ਹੈ ਤੂੰ ਕੌਣ ਹੁੰਦਾ ਮੈਨੂੰ ਦੂਸਰੇ ਕਮਰੇ ਵਿੱਚ ਪਾਉਣ ਵਾਲਾ ਲੇਕਿਨ ਮੇਰੇ ਦੋਸਤੋ ਮਾਂ ਬਾਪ ਜਿਹੜੇ ਨੇ ਆਪਣੇ ਬੱਚਿਆਂ ਦੀ ਖਾਤਰ ਜਿਹੜੇ ਬੜੇ ਦੁੱਖ ਬਰਦਾਸ਼ਤ ਕਰਦੇ ਨੇ ਆਪਣੇ ਆਰਾਮ ਨੂੰ ਤਰਜੀਹ ਨਹੀਂ ਦਿੰਦੇ ਬੱਚਿਆਂ ਦੇ ਆਰਾਮ ਨੂੰ ਤਰਜੀਹ ਦਿੰਦੇ ਨੇ ਇਹ ਬਾਪ ਜਿਹੜਾ ਹੈ ਉਹ ਫਟਿਆ ਪੁਰਾਣਾ ਉਹ ਕੰਬਲ ਲੈ ਕੇ ਤੁਰਨ ਲੱਗ ਪੈਂਦਾ ਹੈ ਇਸ ਇਹਦੇ ਬੇਟੇ ਦਾ ਬੇਟਾ ਯਾਨੀ ਇਸ ਬਾਬੇ ਦਾ ਪੋਤਰਾ ਆ ਗਿਆ ਉਸ ਕੰਬਲ ਨੂੰ ਫੜਿਆ ਦਰਮਿਆਨ ਵਿੱਚੋਂ ਫਾੜ ਕੇ ਅੱਧਾ ਬਾਪ ਬਾਬੇ ਨੂੰ ਦੇ ਦਿੱਤਾ ਅੱਧਾ ਆਪਣੇ ਕੋਲ ਰੱਖ ਲਿਆ ਬਾਪ ਕਹਿਣ ਲੱਗਾ ਬੇਟਾ ਸਾਡੇ ਕੋਲ ਆਲਾ ਤੋਂ ਆਲੇ ਸਾਡੇ ਕੋਲ ਕੰਬਲ ਪਏ ਨੇ ਤੂੰ ਮੇਰੇ ਬਾਪ ਕੋਲ ਕੰਬਲ ਕਿਉਂ ਫਾੜ ਕੇ ਲਿਆ ਤੇ ਹੁਣ ਬੇਟੇ ਨੇ ਜੋ ਵੇਖਿਆ ਉਹ ਹੀ ਬੋਲ ਕੇ ਆਉਂਦਾ ਹੈ ਬੇਟਾ ਕਹਿਣ ਲੱਗਾ ਅੱਬਾ ਜੀ ਅੱਜ ਤੁਹਾਡਾ ਬਾਪ ਖੰਘਦਾ ਹੈ ਤੁਸੀਂ ਇਹਦੇ ਤੋਂ ਪਰੇਸ਼ਾਨ ਹੁੰਦੇ ਹੋ ਇਹ ਗੰਦਾ ਤੇ ਫਟਿਆ ਪੁਰਾਣਾ ਕੰਬਲ ਦੇ ਕੇ ਤੁਸੀਂ ਆਪਣੇ ਬਾਪ ਨੂੰ ਦੂਰ ਕਮਰੇ ਦੇ ਛੱਡ ਕੇ ਆ ਰਹੇ ਹੋ ਮੈਂ ਸੋਚਦਾ ਤੁਸੀਂ ਵੀ ਬੁੱਢੇ ਹੋਣਾ ਹੈ ਤੁਸੀਂ ਵੀ ਖਾਸੋਗੇ ਬੰਗੋਗੇ ਮੈਂ ਵੀ ਫਿਰ ਇਹ ਅੱਧਾ ਕੰਬਲ ਜਿਹੜਾ ਹੈ ਇਹ ਤੁਹਾਨੂੰ ਦੇ ਕੇ ਕਹਾਂਗਾ ਬਾਬਾ ਇਹ ਕੰਬਲ ਲੈ ਜਾ ਕੇ ਫਲਾਂ ਕਮਰੇ ਅੰਦਰ ਚਲਾ ਜਾ ਹਜ਼ਰਤ ਦੇ ਸੇਵਕਾਰ ਅਸਾਂ ਜੋ ਬੀਜਣਾ ਹੈ ਉਹ ਹੀ ਕੱਟਣਾ ਹੈ ਜੈਸਾ ਕਰੋਗੇ ਵੈਸਾ ਭਰੋਗੇ ਇੱਕ ਬੇਟਾ ਆਪਣੇ ਬਾਪ ਨੂੰ ਸਿਰ ਤੇ ਚੁੱਕਿਆ ਨਹਿਰ ਅੰਦਰ ਸੁੱਟਣ ਵਾਸਤੇ ਜਾ ਰਿਹਾ ਮੈਂ ਬਾਬਾ ਤੇਰੇ ਤੋਂ ਬੜਾ ਤੰਗ ਆ ਗਿਆ ਤੇਰੀਆਂ ਦਵਾਈਆਂ ਦੇ ਖਰਚੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੇ ਇਹ ਤੇਰੀ ਰੋਜ਼ ਦੀ ਖਾਉ ਖਾਉ ਇਹ ਤੇਰਾ ਰੋਜ਼ ਦਾ ਖੋਲਣਾ ਵਸੀਅਤ ਦਾ ਕਰਨਾ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਤੈਨੂੰ ਜਾ ਕੇ ਨਹਿਰ ਅੰਦਰ ਸੁੱਟ ਕੇ ਆਉਣਾ ਜਦੋਂ ਨਹਿਰ ਦੇ ਕਿਨਾਰੇ ਤੇ ਪਹੁੰਚਿਆ ਬਾਪ ਕਹਿਣ ਲੱਗਾ ਬੇਟਾ ਮੈਨੂੰ ਇਸ ਕਿਨਾਰੇ ਦੇ ਕਰੀਬ ਸੁੱਟੀ ਕਿਉਂਕਿ ਮੈਂ ਵੀ ਆਪਣੇ ਬਾਪ ਨੂੰ ਇੱਥੇ ਸੁੱਟ ਰਿਹਾ ਸੀ ਤੂੰ ਮੈਨੂੰ ਇੱਥੇ ਸੁੱਟ ਦੇ ਤਾਂ ਕਿ ਕੱਲ ਨੂੰ ਤੇਰਾ ਬੇਟਾ ਜਵਾਨ ਹੋਏ ਉਹ ਤੈਨੂੰ ਵੀ ਇੱਥੇ ਸੁੱਟ ਕੇ ਜਾਏ ਨਹਿਰ ਦੇ ਕਿਨਾਰੇ ਦੇ ਉੱਤੇ ਹਜ਼ਰਤੇ ਜੀਵਕਾਰ ਅੱਜ ਤੂੰ ਆਪਣੇ ਬਾਪ ਮਾਂ ਬਾਪ ਨਾਲ ਬੁਰਾ ਸਲੂਕ ਕਰੇਗਾ ਕੱਲ ਨੂੰ ਤੂੰ ਵੀ ਬਾਪ ਬਣਨਾ ਹੈ ਤੇਰਾ ਬੇਟਾ ਵੀ ਤੇਰੇ ਨਾਲ ਬੁਰਾ ਸਲੂਕ ਕਰੇਗਾ ਇਸ ਵਾਸਤੇ ਮਾਂ ਬਾਪ ਦੀ ਖਿਦਮਤ ਕਰਨਾ ਮੇਰੇ ਦੋਸਤੋ ਮੇਰੇ ਬਜ਼ੁਰਗੋ ਇਹ ਦੁਨੀਆ ਆਖਰਤ ਦੀ ਕਾਮਯਾਬੀ ਦਾ ਜ਼ਰੀਆ ਤੇ ਸਬੱਬ ਹੈ ਇਹ ਦੁਨੀਆ ਆਖਰਤ ਦੀ ਕਾਮਯਾਬੀ ਦਾ ਸਬੱਬ ਹੈ ਆਈਏ ਜ਼ਰਾ ਗੌਰ ਕਰਦੇ ਜਾਣਾ ਕੁਰਾਨ ਕਹਿ ਰਿਹਾ ਅੱਲਾਹ ਫਰਮਾਉਂਦੇ ਨੇ ਨਾ ਕਜ਼ਾ ਰੱਬੋ ਕਾ ਅੱਲਾਹ ਨਾ ਬੋਦੋ ਇਲਾ ਇਯਾਹੋ ਵਬਿਲ ਵਾਲਿਦੈਨ ਇਹਸਾਨਾ ਫਰਮਾਉਂਦੇ ਨੇ ਅੱਲਾ ਨੇ ਫੈਸਲਾ ਕਰ ਦਿੱਤਾ ਹੈ ਅੱਲਾ ਦੀ ਇਬਾਦਤ ਕਰਨੀ ਹੈ ਉਹਦੇ
ਵਿੱਚ ਕਿਸੇ ਨੂੰ ਸ਼ਰੀਕ ਨਹੀਂ ਬਣਾਉਣਾ। ਉਸ ਤੋਂ ਬਾਅਦ ਮਾਂ ਬਾਪ ਦੀ ਖਿਦਮਤ ਕਰਨੀ ਹੈ, ਮਾਂ ਬਾਪ ਦਾ ਹੁਸਨੇ ਸਲੂਕ ਨਾਲ ਪੇਸ਼ ਆਉਣਾ ਹੈ। ਮੇਰੇ ਦੋਸਤੋ, ਮੇਰੇ ਬਜ਼ੁਰਗੋ, ਆ ਮੈਂ ਤੈਨੂੰ ਦੱਸਾਂ, ਜੱਦੁਲ ਅੰਬੀਆ ਜਨਾਬ ਹਜ਼ਰਤ ਇਬਰਾਹੀਮ ਅਲੈਹਿਸ ਸਲਾਤੁ ਵਸਲਾਮ 80,000 ਨਬੀਆਂ ਦਾ ਬਾਪ ਹੈ ਤੇ ਬਾਪ ਕਾਫਰ ਹੈ। ਹਜ਼ਰਤ ਜ਼ੀਵਕਾਰ ਬਾਪ ਮੁਸ਼ਰਕ ਹੈ, ਇਹ ਆਦਰ ਬਾਪ ਹੈ ਤੇ ਹੈ ਪੱਲੇ ਦਰਜੇ ਦਾ ਮੁਸ਼ਰਕ ਹੈ। ਇਹ ਬਾਪ ਆਪਣੇ ਬੇਟੇ ਇਬਰਾਹੀਮ ਨੂੰ ਆਂਦਾ ਹੈ, ਬੇਟਾ ਨਿਕਲ ਜਾ ਮੇਰੇ ਘਰ ਵਿੱਚੋਂ, ਤੂੰ ਮੇਰੇ ਬਾਪ ਦਾਦਾ ਦਾ ਦੀਨ ਛੱਡ ਦਿੱਤਾ ਹੈ, ਤੂੰ ਇੱਕ ਰੱਬ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਬੇਟੇ ਨੇ ਬਾਪ ਨੂੰ ਬੁਰਾ ਨਹੀਂ ਕਿਹਾ, ਬਾਪ ਦੇ ਸਾਹਮਣੇ ਅੱਖਾਂ ਨਹੀਂ ਕੱਢੀਆਂ, ਬਲਕਿ ਬਾਪ ਨੂੰ ਕਿਵੇਂ ਕਿੰਨੇ ਪਿਆਰੇ ਅੰਦਾਜ਼ ਨਾਲ ਸਮਝਾਉਂਦੇ ਨੇ। ਜਨਾਬ ਇਬਰਾਹੀਮ ਫਰਮਾਉਂਦੇ ਨੇ, ਯਾਰ ਆਪਾ ਦਿਲਾ ਦਾ ਉਹਦੇ ਸ਼ਹੀਦ ਆਪਾ ਜੀ ਸ਼ੈਤਾਨ ਦੀ ਪੂਜਾ ਨਾ ਕਰੋ। ਤੇ ਫਿਰ ਫਰਮਾਉਂਦੇ ਨੇ, ਯਾ ਆਪਾ ਦੇ ਇੰਨੀ ਯਾ ਆਪਾ ਦੇ ਇੰਨੀ ਕਦ ਚਾਹਨੀ ਮਿਨਲ ਇਲਮੀ, ਐ ਮੇਰੇ ਅੱਬਾ ਜੀ ਜਿਹੜਾ ਇਲਮ ਮੇਰੇ ਕੋਲ ਆਇਆ ਹੈ ਉਹ ਤੁਹਾਡੇ ਕੋਲ ਕੋਈ ਨਹੀਂ, ਮੇਰੀ ਗੱਲ ਮੰਨ ਲਓ। ਫਿਰ ਆਂਦੇ ਨੇ, ਯਾ ਆਪਾ ਦੇ ਇੰਨੀ ਅਖਾਫੁ ਅਈਆ ਮਸਾ ਦਾ ਅਜ਼ਾਬੁਨ ਮਿਨਰ ਅੱਬਾ ਜੀ, ਮੈਨੂੰ ਡਰ ਲੱਗਦਾ ਹੈ ਤੁਸੀਂ ਸ਼ੈਤਾਨ ਦੀ ਪੂਜਾ ਕਰਦੇ ਹੋ, ਰੁੱਤਾਂ ਦੀ ਪੂਜਾ ਕਰਦੇ ਹੋ, ਮੈਨੂੰ ਡਰ ਲੱਗਦਾ ਕਿਤੇ ਅੱਲਾ ਦਾ ਅਜ਼ਾਬ ਤੁਹਾਨੂੰ ਆ ਕੇ ਨਾ ਬਦਲ ਲਵੇ। ਅਜ਼ਾਦੇ ਜ਼ੀਵਕਾਰ ਬਾਪ ਕਾਫਰ ਹੈ, ਪਰ ਕਿੰਨੇ ਪਿਆਰੇ ਅੰਦਾਜ਼ ਚ ਬੋਲਦੇ ਨੇ। ਤੂੰ ਆਪਣੇ ਨਮਾਜ਼ੀ ਤੇ ਸਫੇਦ ਦਾੜੀ ਵਾਲੇ ਬਾਪ ਨੂੰ ਗਾਲੀਆਂ ਕੱਢਣਾ ਹੈ, ਤੂੰ ਆਪਣੇ ਬੁੱਢੇ ਬਾਪ ਸਫੇਦ ਦਾੜੀ ਵਾਲੇ ਬਾਪ ਨੂੰ ਧੱਕੇ ਮਾਰ ਕੇ ਢੋਂ ਕੱਢ ਦੇਣਾ ਹੈ। ਮਾਰੀਆਂ ਬਲੀਆਂ ਨੇ, ਅੱਜ ਮੈਂ ਬਾਪ ਨੂੰ ਖਾਣਾ ਦੇਣਾ ਹੈ, ਕੱਲ ਨੂੰ ਤੂੰ ਖਾਣਾ ਦੇਣਾ ਹੈ, ਪਰਸੋਂ ਨੂੰ ਫਲਾਂ ਖਾਣਾ ਦੇਵੇਗਾ। ਔਰ ਜਿਸ ਬਾਪ ਨੇ ਇਕੱਲੇ ਨੇ ਪੰਜ ਪੁੱਤਰ ਪਾਲੇ ਨੇ, ਇਹਨਾਂ ਪੰਜਾਂ ਪੁੱਤਰਾਂ ਦੇ ਕੋਲੋਂ ਇੱਕ ਬੁੱਢਾ ਬਾਪ ਨਹੀਂ ਪਾਲਿਆ ਜਾਂਦਾ। ਇਹ ਬਾਪ ਮਜ਼ਦੂਰੀਆਂ ਕਰਕੇ ਪੰਜਾਂ ਬੇਟਿਆਂ ਨੂੰ ਪੜਾਉਂਦਾ ਹੈ, ਇਹਨਾਂ ਨੂੰ ਆਲਾ ਤੋਂ ਆਲਾ ਅਹੁਦਿਆਂ ਤੇ ਲਗਵਾਉਂਦਾ ਹੈ। ਤੇ ਅੱਜ ਇਹ ਬੇਟੇ ਜਵਾਨ ਨੇ, ਇਹਨਾਂ ਕੋਲ ਇੱਕ ਬਾਪ ਨਹੀਂ ਸੰਭਾਲਿਆ ਜਾਂਦਾ। ਹਜ਼ਰਤੇ ਜ਼ੀਵਕਾਰ ਇਹ ਹਜ਼ਰਤ ਇਬਰਾਹੀਮ ਨੇ, ਇਬਰਾਹੀਮ ਅਲੈਹਿਸ ਸਲਾਮ ਨੇ ਆਪਣੇ ਬਾਪ ਦੀ ਖਿਦਮਤ ਕੀਤੀ ਹੈ, ਬਾਪ ਨੂੰ ਅੱਛਾ ਸਲੂਕ ਕੀਤਾ ਹੈ। ਹੁਣ ਇਬਰਾਹੀਮ ਨੂੰ ਅੱਲਾ ਨੇ ਬੇਟਾ ਦਿੱਤਾ ਹੈ ਤੇ ਹਜ਼ਰਤ ਇਬਰਾਹੀਮ ਫਰਮਾਉਂਦੇ, ਇਸਮਾਈਲ ਮੈਂ ਤੇਰੀ ਕਬਰ ਤੇ ਛੁਰੀ ਚਲਾਉਣਾ ਚਾਹੁੰਦਾ, ਮੈਨੂੰ ਅੱਲਾ ਨੇ ਹੁਕਮ ਦਿੱਤਾ ਹੈ। ਹੁਣ ਜਨਾਬ ਇਬਰਾਹੀਮ ਦਾ ਬੇਟਾ ਕਿੰਨਾ ਫਰਮਾਬਰਦਾਰ ਹੈ, ਆਂਦਾ ਯਾ ਫਲ ਮਾਤੋ ਮਰ ਸਤਾ ਜੀ ਦੁਨੀ ਇਨਸ਼ਾ ਅੱਲਾਹ ਮਿਨ ਸਵਾਬਰੀ। ਬੇਟਾ ਆਂਦਾ, ਅੱਬਾ ਜੀ ਜੋ ਅੱਲਾ ਨੇ ਹੁਕਮ ਦਿੱਤਾ ਹੈ ਕਰ ਗੁਜ਼ਰੋ, ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਦੇ ਵਿੱਚੋਂ ਪਾਓਗੇ। ਇਸ ਵਾਸਤੇ ਜੇ ਅਗਰ ਬਾਪ ਜ਼ਿੰਦਾ ਹੈ ਤੇ ਉਹਦੀਆਂ ਖਿਦਮਤਾਂ ਕਰ ਲੈ, ਬਾਪ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ, ਬਾਪ ਦੀਆਂ ਨਸੀਹਤਾਂ ਦਾ ਗੁੱਸਾ ਨਾ ਕਰਿਆ ਕਰ। ਅਸਲਾਂ ਤੋਂ ਇਹ ਲੋਕ ਕੁਰਾਨੇ ਅੱਜ ਦੇ ਨਹੀਂ, ਦੁਲ ਚਾਵਣ ਜੇ ਬਾਪ ਦੇ ਮੁੜ ਕੇ ਜਾਣਗੀਆਂ ਬੁੱਢੇ ਮਾਂ ਬਾਪ ਦੇ ਜਿਸਮਾਂ ਦੀ ਬਰਕਤ ਨਾਲ ਅੱਲਾ ਨੇ ਤੇਰੇ ਘਰ ਨੂੰ ਬਰਕਤਾਂ ਦਾ ਪਾਵਰ ਹਾਊਸ ਬਣਾ ਦਿੱਤਾ ਹੈ। ਅਗਰ ਜ਼ਿੰਦਾ ਨੇ ਤਾਂ ਕਦਰ ਕਰਕੇ ਵੇਖ, ਔਰ ਇਹਨਾਂ ਕੋਲ ਦੋਵਾਂ ਦੇ ਲੈ ਕੇ ਵੇਖਣਾ ਦੀ ਕਿਸਮ ਤੇਰੀ ਦੁਨੀਆ ਹੀ ਰੱਬ ਜੰਨਤ ਬਣਾ ਦੇਵੇਗਾ। ਆਈਏ ਤਰ੍ਹਾਂ ਗੌਰ ਕਰਦੇ ਜਾਣਾ, ਮੇਰੇ ਬਾਪ ਪੈਗੰਬਰ ਇਸਲਾਤੋ ਸਲਾਮ ਨੂੰ ਅੱਲਾ ਪਾਕ ਨੇ ਤਿੰਨ ਬੇਟੇ ਦਿੱਤੇ ਨੇ, ਤਿੰਨੇ ਬੱਬਰ ਅੰਦਰ ਫੌਤ ਹੋ ਜਾਂਦੇ ਨੇ। ਅੱਲਾ ਨੇ ਚਾਰ ਬੇਟੀਆਂ ਦਿੱਤੀਆਂ, ਚਾਰੋਂ ਹੀ ਜਵਾਨ ਹੁੰਦੀਆਂ ਨੇ। ਅਜ਼ਾਬ ਦੇ ਜ਼ੀਵਕਾਰ ਮੇਰੇ ਬਾਪ ਪੈਗੰਬਰ ਇਸਲਾਤੋ ਸਲਾਮ ਦੀ ਆਖਰੀ ਬੇਟੀ ਜਿਹਨਾਂ ਦਾ ਨਾਮ ਸੈਯਦ ਹਜ਼ਰਤ ਫਾਤਿਮਾ ਰਜ਼ੀਅੱਲਾਹੁ ਅਨਹਾ ਹੈ, ਮੇਰੇ ਆਕਾ ਇਸਲਾਮ ਦੀ ਇਹ ਬੇਟੀ ਕਿੰਨਾ ਪਿਆਰ
ਕਰਦੀ ਹੈ ਬਾਪ ਨਾਲ, ਕਿੰਨੀਆਂ ਮੁਹੱਬਤਾਂ ਕਰਦੀ ਹੈ ਬਾਪ ਨਾਲ। ਮੇਰੇ ਦੋਸਤੋ ਮੇਰੇ ਆਕਾ ਨਮਾਜ਼ ਪੜ੍ਹਨ ਡਏ ਨੇ, ਜ਼ਾਲਮ ਬੇਈਮਾਨ ਮੁਸ਼ਰਕੀ ਨੇ ਮੱਕਾ ਆਏ, ਇਹਨਾਂ ਨੇ ਮੇਰੇ ਨਬੀ ਦੀ ਕਲ ਦੇ ਉੱਤੇ ਗੰਦੀ ਓਜਰੀ ਸੁੱਟ ਦਿੱਤੀ ਹੈ ਊਠ ਦੀ, ਤੇ ਮੇਰੇ ਨਬੀ ਦੀ ਬੇਟੀ ਦੀ ਉਮਰ ਅਜੇ 6 ਸਾਲ ਹੈ, ਨੰਨੀ ਮੁੰਨੀ ਬੱਚੀ ਹੈ। ਹਜ਼ਰਤ ਅਬਦੁੱਲਾਹ ਇਬਨੇ ਮਸੂਦ ਨੇ ਦੱਸਿਆ, ਨੀ ਫਾਤਮਾ ਇੱਥੇ ਖੇਲੀ ਜਾ ਰਹੀ ਹੈ, ਉੱਥੇ ਤੇਰੇ ਬਾਪ ਦੀ ਕਲ ਦੇ ਉੱਤੇ ਸਾਲਮਾ ਨੇ ਗੰਦੀ ਓਜਰੀ ਸੁੱਟ ਦਿੱਤੀ ਹੈ। ਬੇਟੀ ਦੌੜ ਕੇ ਆਉਂਦੀ ਹੈ, ਆਪਣੇ ਬਾਪ ਦੀ ਕਲ ਤੋਂ ਓਜਰੀ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਓਜਰੀ ਲੱਭਦੀ ਨਹੀਂ ਹੈ, ਨਾਲੇ ਬੇਟੀ ਰੋਂਦੀ ਹੈ, ਨਾਲੇ ਕਾਮਤੁੱਲਾ ਦਾ ਗੁਲਾਬ ਫੜ ਕੇ ਬਦੁਆ ਕਰਦੀ ਹੈ। ਅਰਸ਼ਾਂ ਵਾਲੇ ਰੱਬਾ ਮੇਰੇ ਬਾਪ ਨੂੰ ਜਿਨ੍ਹਾਂ ਨੇ ਪਰੇਸ਼ਾਨ ਕੀਤਾ ਹੈ, ਅੱਲਾ ਇਹਨਾਂ ਨੂੰ ਤਬਾਹੋ ਬਰਬਾਦ ਕਰ ਦੇ ਬੇਟੀ ਦੀ ਬਦੁਆ ਨਾਲ। ਜਿਨ੍ਹਾਂ ਨੇ ਮੇਰੇ ਨਬੀ ਦੀ ਕਣ ਤੇ ਓਜਰੀ ਸੁੱਟੀ ਸੀ, ਮੈਦਾਨ ਬਦਰ ਦੇ ਸਾਰੇ ਵਾਸਤੇ ਜਹੰਮ ਕਰ ਦਿੱਤੇ ਜਾਂਦੇ ਨੇ। ਹਜ਼ਰਤ ਜੀ ਵਕਾਰ ਇੰਨਾ ਪਿਆਰ ਕਰਨ ਵਾਲੀ ਬੇਟੀ, ਮੁਹੱਬਤਾਂ ਕਰਨ ਵਾਲੀ ਬੇਟੀ ਹੈ। ਹੁਣ ਮੇਰੇ ਆਕਾ ਇਸਲਾਮ ਦੁਨੀਆਂ ਤੋਂ ਚਲੇ ਗਏ ਨੇ, ਤੇ ਇੱਕੋ ਹੀ ਮੇਰੇ ਨਬੀ ਦੀ ਬੇਟੀ ਹੈ, ਬਾਕੀ ਤਿੰਨ ਬੇਟੀਆਂ ਮੇਰੇ ਆਕਾ ਦੀ ਜ਼ਿੰਦਗੀ ਅੰਦਰ ਫੌਤ ਹੋ ਜਾਂਦੀਆਂ ਨੇ, ਇੱਕੋ ਹੀ ਮੇਰੇ ਆਕਾ ਦੀ ਬੇਟੀ ਰਹਿ ਗਈ ਹੈ, ਸਭ ਤੋਂ ਲਾਡਲੀ ਛੋਟੀ ਬੇਟੀ ਹਜ਼ਰਤ ਫਾਤਮਾ ਰਹਿ ਗਈ ਹੈ। ਮੇਰੇ ਆਕਾ ਦੁਨੀਆਂ ਤੋਂ ਚਲੇ ਗਏ ਨੇ, ਤੇ ਸੈਯਦ ਹਜ਼ਰਤ ਫਾਤਮਾ ਬਾਪ ਦੀ ਵਫਾਤ ਤੋਂ ਬਾਅਦ ਸਿਰਫ 6 ਮਹੀਨੇ ਜ਼ਿੰਦਾ ਰਹੀਆਂ ਨੇ। ਹਜ਼ਰਤ ਸਹਾਬਾ ਬਿਆਨ ਕਰਦੇ ਨੇ, ਇਹਨਾਂ 6 ਮਹੀਨਿਆਂ ਦੇ ਅੰਦਰ ਕਿਸੇ ਬੰਦੇ ਨੇ ਸੈਯਦਾ ਫਾਤਮਾ ਨੂੰ ਹੱਸਦਿਆਂ ਨਹੀਂ ਵੇਖਿਆ, ਕਿਸੇ ਬੰਦੇ ਨੇ ਸੈਯਦਾ ਫਾਤਮਾ ਨੂੰ ਮੁਸਕਰਾਉਂਦਿਆਂ ਨਹੀਂ ਵੇਖਿਆ। ਐਸਾ ਦਮ ਲੱਗਾ ਹੈ ਬਾਪ ਦੀਆਂ ਜੁਦਾਈਆਂ ਦਾ, ਅਸਲਾਂ ਤੋਂ ਇਹ ਰੋਗ ਪੁਰਾਣੇ ਅੱਜ ਦੇ ਨਹੀਂ, ਦੁਰ ਜਾਵਣ ਜੇ ਬਾਪ ਦੇ ਮੁੜ ਕੇ ਲੱਭਦੇ ਨਹੀਂ। ਸਭ ਤੋਂ ਉੱਚੀਆਂ ਸੰਗਤਾਂ ਯਾਰੋ ਬਾਪ ਦੀਆਂ, ਜਿਸ ਦੇ ਪਾਰੋਂ ਕਿਸਮਤਾਂ ਵਧੀਆਂ, ਬਾਪ ਨਾ ਵਰਗੇ ਹੋਰ ਸਹਾਰੇ ਲੱਭਦੇ ਨਹੀਂ, ਦੁਰ ਜਾਣ ਜੇ ਕਵਾਰ ਦੇ ਮੁੜ ਕੇ ਲੱਭਦੇ ਨਹੀਂ। ਪੁੱਤਰ ਭਾਵੇਂ ਲੱਖ ਜਹਾਨ ਗੁਮਾਉਂਦੇ ਨੇ, ਮਾਂ ਪਿਓ ਆਖਣ ਸਾਰੇ ਜੱਗ ਤੋਂ ਚੰਗੇ ਨੇ, ਪੁੱਤਰਾਂ ਖਾਤਰ ਵੈਰ ਦੇ ਪਿੱਛੇ ਲੱਗਦੇ ਨਹੀਂ, ਦੁਰ ਜਾਣ ਜੇ ਬਾਪ ਦੇ ਮੁੜ ਕੇ ਲੱਭਦੇ ਨਹੀਂ। ਬਾਪ ਮਰੇ ਤੇ ਸਾਰੇ ਹੌਸਲੇ ਬਹਿ ਜਾਂਦੇ, ਪੁੱਤਰ ਦੀਆਂ ਵਿੱਚ ਮੁਸੀਬਤਾਂ ਪੈ ਜਾਂਦੇ, ਬਾਪ ਮਰੇ ਤੇ ਸਾਰੇ ਹੌਸਲੇ ਬਹਿ ਜਾਂਦੇ, ਪੁੱਤਰ ਦੀਆਂ ਵਿੱਚ ਮੁਸੀਬਤਾਂ ਪੈ ਜਾਂਦੇ, ਰਿਸ਼ਤੇਦਾਰ ਕਦੇ ਵੀ ਨੇੜੇ ਲੱਗਦੇ ਨਹੀਂ, ਤੁਰ ਜਾਣ ਜੇ ਬਾਪ ਦੇ ਮੁੜ ਕੇ ਲੱਭਦੇ ਨਹੀਂ। ਬਾਪ ਦੇ ਸਿਰ ਤੇ ਧੀਆਂ ਮੋਚਾਂ ਮਾਰਦੀਆਂ, ਬਾਪ ਦੇ ਸਿਰ ਤੇ ਧੀਆਂ ਮੋਚਾਂ ਮਾਰਦੀਆਂ, ਬਾਪ ਮਰੇ ਤੇ ਦੁੱਖ ਦੀਆਂ ਦਰੀਆਂ ਆਉਂਦੀਆਂ, ਰਿਸ਼ਤੇਦਾਰ ਵੀ ਸੁੱਖ ਦਾ ਸਾਇਆ ਬਣਦੇ ਨਹੀਂ, ਤੁਰ ਜਾਣ ਜੇ ਬਾਪ ਦੇ ਮੁੜ ਕੇ ਲੱਭਦੇ ਨਹੀਂ। ਅਸਲਾਂ ਤੋਂ ਇਹ ਰੋਗ ਪੁਰਾਣੇ ਅੱਜ ਦੇ ਨਹੀਂ, ਤੁਰ ਜਾਣ ਜੇ ਬਾਪ ਦੇ ਮੁੜ ਕੇ ਲੱਭਦੇ ਨਹੀਂ, ਤੁਰ ਜਾਣ ਜੇ ਬਾਪ ਦੇ ਮੁੜ ਕੇ ਲੱਭਦੇ ਨਹੀਂ। ਕਰ ਮੇਰਾ ਸੁਨਣਾ ਸੁਨਣਾ, ਜਦੋਂ ਬਾਪ ਦੀਆਂ ਪੁੱਤਰਾ ਜਾਏ, ਕਰ ਮੇਰਾ ਸੁਨਣਾ ਸੁਨਣਾ, ਸਜਦਾ ਨਹੀਂ ਮੌਤ ਨੇ ਖੋਲਿਆ ਪਾਪ, ਮੌਤ ਨੇ ਖੋਲਿਆ ਪਾਪ ਮੇਰਾ।
ਲੱਗਦਾ ਨਹੀਂ। ਜਦੋਂ ਬਾਪ ਦੁਨੀਆਂ ਤੋਂ ਚਲਾ ਜਾਏ ਫਿਰ ਪਛਤਾਏਗਾ, ਤੇ ਉਸ ਵਕਤ ਦਾ ਪਛਤਾਵਾ ਕਿਸੇ ਕੰਮ ਨਹੀਂ ਆਉਣਾ। ਅੱਜ ਬਾਪ ਜ਼ਿੰਦਾ ਹੈ ਤੇ ਇਹਤਰਾਮ ਕਰ ਲੈ, ਕਦਰ ਕਰ ਲੈ। ਤੇ ਮੈਂ ਇਸ ਮੌਕੇ ਤੇ ਮਾਂ ਬਾਪ ਦੇ ਸਾਹਮਣੇ ਵੀ ਇਹ ਇਲਤਜਾ ਕਰਾਂਗਾ ਕਿ ਅਗਰ ਕੋਈ ਬੇਟਾ ਜਾਂ ਬੇਟੀ ਤੇਰੀ ਖਿਦਮਤ ਕਰਦੇ ਨੇ, ਉਹਨਾਂ ਦੀ ਹੌਸਲਾ ਅਫਜ਼ਾਈ ਕਰਿਆ ਕਰ। ਇਹ ਨਾ ਹੋਏ ਕਿ ਤੂੰ ਮਾਂ ਬਾਪ ਤੈਨੂੰ ਮਾਂ ਬਾਪ ਸਮਝ ਕੇ ਉਹ ਖਿਦਮਤਾਂ ਦੇ, ਉਹਨਾਂ ਦੇ ਹੌਸਲੇ ਤੋੜ ਦੇਵੇ, ਤੂੰ ਉਹਨਾਂ ਦੀ ਖਿਦਮਤ ਦਾ ਉਹਨਾਂ ਨੂੰ ਸ਼ਾਬਸ਼ ਨਾ ਦੇਵੇ, ਉਹਨਾਂ ਦੇ ਹੌਸਲੇ ਟੁੱਟ ਜਾਣਗੇ, ਉਹ ਖਿਦਮਤ ਕਰਨੀ ਬੰਦ ਕਰ ਦੇਣਗੇ। ਅਗਰ ਮਾਂ ਬਾਪ ਦੀ ਔਲਾਦ ਖਿਦਮਤ ਕਰਦੀ ਹੈ, ਮਾਂ ਬਾਪ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ, ਉਹਨਾਂ ਵਾਸਤੇ ਦੁਆਵਾਂ ਕਰਨ, ਕਿਉਂਕਿ ਇਹ ਕੰਮ ਕਰਨ ਦੀ ਵਜ੍ਹਾ ਤੋਂ ਬੱਚਿਆਂ ਦੇ ਹੌਸਲੇ ਜਿਹੜੇ ਨੇ ਉਹ ਵੱਧ ਜਾਂਦੇ ਨੇ। ਅੱਲਾਹ ਕੋਲੋਂ ਦੁਆ ਹੈ ਕਿ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਮਾਂ ਬਾਪ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਫਰਮਾਏ। ਨਬੀ ਪਾਕ ਨੇ ਫਰਮਾਇਆ ਹੁਮਾ ਜੰਨਤ ਹੁੰਦਾ ਬਹੁ ਮਾਂ ਨਾਰ ਹੁੰਦਾ। ਮਾਂ ਬਾਪ ਦੀ ਖਿਦਮਤ ਵਿੱਚ ਜੰਨਤ ਹੈ, ਤੇ ਮਾਂ ਬਾਪ ਦੀ ਖਿਦਮਤ ਨਹੀਂ ਕਰੇਗਾ ਤੇ ਦੋਜ਼ਖ ਦਾ ਪਾਲਣ ਬਣਾ ਦਿੱਤਾ ਜਾਏਗਾ। ਅੱਲਾਹ ਕੋਲ ਦੁਆ ਹੈ ਅੱਲਾਹ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ, ਵਾਲਦਿਆਂ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਫਰਮਾਏ। ਵਾ ਆਖਿਰ ਦਾਵਾਨਾ ਅਲਹਮਦੁਲਿਲਾਹ।